ਆਪ ਪ੍ਰਸ਼ਾਦਾ ਪਕਾਏ ਬੇਨਤੀ ਕਰ ਰਹੇ ਜੀ ਕਵੀ ਜੀ ਆਓ ਦਰਸ਼ਨ ਦੇਖੋ ਨਾਮ ਨਹੀਂ ਸੁਣ ਲੈਂਦੇ ਕਿਉਂਕਿ ਨਾਮ ਪੈਂਦਾ ਸੀ ਹਰਗੋਬਿੰਦ ਸਾਹਿਬ ਦਾ ਸਹੁਰੇ ਦਾ ਨਾਮ ਨਾ ਲੈਣਾ ਇਹ ਸਾਡੀ ਰਵਾਇਤ ਹੈ ਇਹ ਕਵੀ ਜੀ ਨਾਮ ਬਾਬਾ ਜੀ ਆਉਂਦੇ ਸਨ ਮਾਤਾ ਜੀ ਨੇ ਰੱਖਿਆ ਸੇਵਾਦਾਰ ਭੇਜਿਆ ਜਾਂ ਕਵੀ ਜੀ ਨੂੰ ਬੁਲਾ ਲਿਆ ਜਿਸ ਵੇਲੇ ਹਜ਼ੂਰ ਆਏ ਤੇ ਬੈਠੇ ਮਾਤਾ ਨੇ ਪ੍ਰਸਾਦ ਪਰੋਸਿਆ ਛਕਣ ਲੱਗੇ ਤਾਂ ਮਾਂ ਨੇ ਬੇਨਤੀ ਕੀਤੀ ਇੱਕ ਮੇਰੀ ਬੇਨਤੀ ਜਿਤਨਾ ਮੈਂ ਤੁਹਾਨੂੰ ਪੁੱਤ ਜਾਣ ਕੇ ਤਿਆਰ ਕਰਦੀ ਹਾਂ ਉਤਨਾ ਹੀ ਤੁਹਾਨੂੰ ਗੁਰੂ ਨਾਨਕ ਜਾਣ ਕੇ ਸਿਦਕ ਰੱਖਦੀ ਸੀ ਇਸ ਵਾਸਤੇ ਮੈਂ ਆਖਿਆ ਮੇਰੀ ਅਰਦਾਸ ਇੱਕ ਮੇਰੀ ਬੇਨਤੀ ਹੈ ਕਵੀ ਜੀ ਮੰਨੋਗੇ ਨਾ ਮਾਂ ਜੀ ਤੁਸੀਂ ਆਖੋਗੇ ਔਰ ਮੈਂ ਨਾ ਮੰਨਾਂਗਾ ਅਣਹੋਣੀ ਗੱਲ ਹੈ ਦੱਸੋ ਤਾਂ ਮਾਂ ਨੇ ਆਖਿਆ ਮੈਂ ਚਾਹੁੰਦੀ ਹਾਂ ਸਾਹਿਬਜ਼ਾਦਿਆਂ ਦੇ ਵਿਆਹ ਕਰਦੇ ਮੈਨੂੰ ਬੜੀ ਸਿੱਖ ਹੈ ਮੈਂ 26 ਸਾਲ ਤਪੱਸਿਆ ਕੀਤੀ ਤਾਂ ਤੂੰ ਆਇਆ ਤੇ ਤੂੰ ਫਿਰ ਇਕੱਲਾ ਹੀ ਆਇਆ ਤੈਨੂੰ ਵੇਖ ਵੇਖ ਜਿਉਂਦੀ ਰਹੀ ਹਾਂ ਹੁਣ ਵੀ ਜਿਸ ਵੇਲੇ ਪਕਦੀਆਂ ਤਾਂ ਠੰਡ ਪੈਂਦੀ ਹੈ ਪਰ ਮੇਰੀ ਲਾਲਸਾ ਵੱਧ ਗਈ ਹੈ ਮੈਂ ਕੁਛ ਲੋਭਣ ਹੋ ਗਈ ਹਾਂ ਹੁਣ ਮੇਰਾ ਜੀ ਕਰਦਾ ਹੈ ਸਾਹਿਬਜ਼ਾਦੇ ਤੇ ਇਹਨਾਂ ਦੀਆਂ ਘਰਾਂ ਵਾਲੀਆਂ ਮੇਰੇ ਵਿਹੜੇ ਵਿੱਚ ਗਹਿਮਾ ਗਹਿਮ ਹੋ ਜਾਏ ਅੱਛਾ ਮਾਂ ਜੀ ਇਹਨਾਂ ਦੇ ਵਿਆਹ ਹੋਣਗੇ ਔਰ ਜਲਦੀ ਹੋਣਗੇ ਫਿਰ ਮੰਗਣੀਆਂ ਤਾਂ ਕਰ ਛੱਡੋ ਪੈ ਵੱਧ ਪੈ ਕਹਿਣ ਲੱਗੇ ਮਾਂ ਜੀ ਮੈਂ ਦੱਸਣਾ ਹੀ ਭੁੱਲ ਗਿਆ ਮੈਂ ਤਾਂ ਇਹਨਾਂ ਦੀਆਂ ਮੰਗਣੀਆਂ ਕਰ ਛੱਡੀਆਂ ਹੋਈਆਂ ਮੰਗਣੀਆਂ ਕਰ ਦਿੱਤੀਆਂ ਜੀ ਮੈਨੂੰ ਪੁੱਛਿਆ ਹੀ ਨਹੀਂ ਹੋਰ ਕੋਈ ਹੁੰਦਾ ਤੇ ਰੁੱਸ ਜਾਂਦਾ ਮੈਨੂੰ ਪੁੱਛਿਆ ਨਹੀਂ ਪਰ ਮਾਂ ਨੇ ਆ ਕੇ ਅੱਛਾ ਮੈਨੂੰ ਤਾਂ ਖੁਸ਼ੀ ਹੋਈ ਹੈ ਮੈਂ ਰੁੱਸਦੀ ਤਾਂ ਨਹੀਂ ਵੀ ਮੈਨੂੰ ਪੁੱਛਿਆ ਨਹੀਂ ਪਰ ਇਹ ਤਾਂ ਚਾਹ ਦੱਸੋ ਵੀ ਕਿੱਥੇ ਕਿੱਥੇ ਮੰਗਾਏ ਜੀ ਮਾਂ ਜੀ ਮੈਂ ਮੰਗਣੀਆਂ ਕਰ ਦਿੱਤੀਆਂ ਵਿਆਹਾਂ ਦੀਆਂ ਤਾਰੀਖਾਂ ਵੀ ਰੱਖ ਦਿੱਤੀਆਂ ਕਵੀ ਜੀ ਤੁਸੀਂ ਮਾਂ ਨੂੰ ਕਈ ਭੁੱਲ ਗਏ ਦੇਖਣਾ ਕਿਤੇ ਜੰਜ ਲੈ ਜਾਂਦੇ ਆ ਉਸ ਵੇਲੇ ਵੀ ਮਤ ਮਾਂ ਦਾ ਚੇਤਾ ਨਾ ਰਹੇ ਕਹਿਣ ਲੱਗੇ ਨਹੀਂ ਮਾਂ ਜੀ ਉਸ ਵੇਲੇ ਤੁਹਾਨੂੰ ਨਹੀਂ ਭੁੱਲ ਸਕਦੇ ਕਿਉਂ ਅਖੇ ਵਕਤ ਹੋਣਾ ਥੋੜਾ ਵੱਡੇ ਸਾਹਿਬਜ਼ਾਦਿਆਂ ਦੀ ਜੰਜ ਤਾਂ ਮੈਂ ਲੈ ਜਾਵਾਂਗਾ ਤੇ ਛੋਟਿਆਂ ਦੀ ਤੁਸੀਂ ਲੈ ਜਾਓਗੇ ਮੈਂ ਲੈ ਜਾਵਾਂਗੀ ਇਕੱਲੀ ਹਾਂ ਮਾਂ ਜੀ ਕੰਮ ਬਹੁਤੇ ਹੁਣ ਤਾਂ ਵੰਡ ਲਈਦੇ ਤੋ ਕੰਮ ਬਹੁਤੇ ਵਕਤ ਥੋੜਾ ਇਸ ਵਾਸਤੇ ਵੰਡ ਕੇ ਕਰਾਂਗੇ ਪਰ ਤੁਸੀਂ ਇਹ ਨਹੀਂ ਦੱਸਿਆ ਵੀ ਇਹਨਾਂ ਦੇ ਵਿਆਹ ਕਿੱਥੇ ਕਿੱਥੇ ਕਰਨੇ ਗੇ ਤਾਂ ਸਾਹਿਬ ਨੇ ਆਖਿਆ ਵੱਡਿਆਂ ਦੇ ਵਿਆਹ ਤਾਂ ਹੁਣੇ ਨੇ ਚਮਕੌਰ ਤੇ ਛੋਟਿਆਂ ਦਾ ਹੋਏਗਾ ਸਰਹੰਦ ਛੋਟਿਆਂ ਕੋਲ ਤੂੰ ਹੋਵੇਗੀ ਵੱਡਿਆਂ ਕੋਲ ਮੈਂ ਹੋਵਾਂਗਾ
ਮਾਂ ਨੂੰ ਉਸ ਵੇਲੇ ਇਸ ਬੁਝਾਰਤ ਦੀ ਸਮਝ ਨਾ ਆਈ, ਪਰ ਜਿਸ ਵੇਲੇ ਵਿਛੜ ਗਏ ਤੇਰੀ ਮਾਤ ਬੱਚੇ ਪਿਆਰ ਗੁਜਰੀ ਮਾਤਾ ਦੇ ਨਾਲ ਇਹ ਛੋਟੇ ਸਾਹਿਬਜ਼ਾਦੇ ਵਿਛੜ ਗਏ ਤੇ ਰਸਤੇ ਵਿੱਚ ਮਿਲ ਗਿਆ ਗੰਗੂ, ਉਹ ਗੰਗੂ ਜਿਸ ਨੇ 21 ਸਾਲ ਕਲਗੀਧਰ ਪਾਤਸ਼ਾਹ ਦੇ ਘਰ ਦਾ ਨਿਮਕ ਖਾਧਾ ਸੀ। ਰਾਜ ਸੰਗਤ ਜੇ ਅੱਜ ਕੋਈ ਸਾਡੇ ਨਾਲ ਬੁਰਾਈ ਕਰਦਾ ਤਾਂ ਕੀ ਕਰਦਾ? ਕੁਛ ਵੀ ਨਹੀਂ ਕਰਦਾ, ਕਿਉਂਕਿ ਸਾਡਾ ਉਸਦਾ ਤੇ ਕੋਈ ਸੰਬੰਧ ਹੀ ਨਹੀਂ, ਲੈਣ ਦੇਣ ਹੀ ਨਹੀਂ। ਪਰ ਜਿਸ ਵੇਲੇ ਮਨ ਬੁਰੇ ਹੁੰਦੇ ਨੇ ਔਰ ਬੁਰਾਈਆਂ ਤੇ ਤੁਲ ਜਾਂਦੇ ਨੇ ਤਾਂ 21 ਵਰੇ ਨਿਮਕ ਖਾਣ ਵਾਲਿਆਂ ਦੇ ਵੀ, ਜਿਨ੍ਹਾਂ ਨੇ 21 ਵਰੇ ਨਿਮਕ ਖਾਧਾ ਤੇ 21 ਵਰੇ ਰਸੋਈਆ ਰਿਹਾ, ਰੋਟੀ ਪਕਾਉਂਦਾ ਰਿਹਾ ਸੰਗਤਾਂ ਦੀ, ਲੰਗਰ ਸਜਾਉਂਦਾ ਰਿਹਾ, ਉਸ ਪਾਪੀ ਨੇ ਐਡਾ ਪਾਪ ਕੀਤਾ ਕਿ ਧਰਤੀ ਕੰਬ ਗਈ। ਉਹ ਗੰਗੂ ਮਿਲ ਗਿਆ, ਮੱਥਾ ਟੇਕਿਆ, ਮਾਂ ਜੀ ਤੁਸੀਂ ਇਕੱਲੇ? ਮਾਂ ਨੇ ਆਖਿਆ ਪਤਾ ਨਹੀਂ ਲੱਗਾ ਰਸਤੇ ਦਾ, ਰਾਤ ਹਨੇਰੀ ਸੀ, ਜਿਸ ਵੇਲੇ ਆਨੰਦਪੁਰ ਛੱਡਿਆ ਤੇ ਸਮਝ ਨਹੀਂ ਲੱਗੀ ਕਿੱਧਰ ਜਾਣਾ ਸੀ, ਜਿੱਧਰ ਜਿਹਦਾ ਮੂੰਹ ਆਇਆ ਤੁਰ ਗਿਆ। ਮਾਂ ਜੀ ਡਰੋ ਨਹੀਂ, ਘਬਰਾਓ ਨਹੀਂ, ਜਿਸ ਰਸਤੇ ਤੇ ਆ ਰਹੇ ਹੋ ਇਸੇ ਰਾਹ ਤੇ ਮੇਰਾ ਪਿੰਡ ਹੈ, ਤੁਸੀਂ ਮੇਰੇ ਘਰ ਚੱਲੋ, ਮੇਰੇ ਘਰ ਚੱਲ ਕੇ ਉਤਰੋ, ਜਿੰਨਾ ਕੁ ਮੇਰਾ ਵਿੱਤ ਹੈ ਮੈਂ ਤੁਹਾਡੀ ਸੇਵਾ ਕਰਾਂਗਾ, ਮੈਂ ਤੁਹਾਡੇ ਘਰ ਦਾ ਨੌਕਰ ਹਾਂ, ਮੈਂ ਲੂਣ ਖਾਧਾ ਹੋਇਆ ਤੇ ਫਿਰ ਮੈਂ ਪਤਾ ਕਰਾਂਗਾ ਸਾਹਿਬ ਕਿੱਥੇ ਹਨ ਤੇ ਫਿਰ ਤੁਹਾਨੂੰ ਮਿਲਾਵਾਂਗਾ। ਮਾਂ ਦੇ ਸ਼ੁਕਰ ਵਿੱਚ ਵੀ ਹੱਥਰੂ ਆ ਗਿਆ, ਚੰਗੂ ਬੜੀ ਔਖੀ ਵੇਲੇ ਪੌੜਿਆ, ਬੜੇ ਸੋਚਾਂ ਵਿੱਚ ਸਾਂ ਵੀ ਹੁਣ ਕੀ ਕਰਾਂਗੇ। ਉਹ ਦੀ ਰਾਤ ਕਿਨ ਮਿਨ ਹੋ ਰਹੀ ਹੈ, ਫਿਰ ਪਾਉਣ ਨਾਲ ਚੱਲ ਰਹੀ ਹੈ, ਇਹ ਛੋਟੇ ਬੱਚੇ 7 ਸਾਲ ਤੇ 9 ਸਾਲ ਦੀ ਉਮਰ ਤੇ ਮੈਂ ਬਿਰਧ, ਮੇਰੇ ਵਿੱਚ ਕੋਈ ਬਲ ਨਹੀਂ, ਮੈਂ ਇਹਨਾਂ ਬੱਚਿਆਂ ਨੂੰ ਵੀ ਨਹੀਂ ਸੰਭਾਲਣ ਜੋਗੀ। ਖਿਆਲ ਕਰੋ ਉਸ ਵੇਲੇ ਦਾ, ਉਸ ਵੇਲੇ ਦਾ ਜਿਨ੍ਹਾਂ ਨੇ ਕਦੇ ਘਰੋਂ ਬੈਰ ਪਾਰ ਪੈਰ ਨਹੀਂ ਸੀ ਪਾਇਆ, ਨਾਗਾ ਨਾਲ ਪਲੇ ਹੋਏ, ਨੌਕਰ ਚਾਕਰ ਸੇਵਕ ਤੇ ਪਿਆਰਿਆਂ ਦਾ ਅੰਤ ਕੋਈ ਨਹੀਂ ਸੀ ਜਿਨ੍ਹਾਂ ਦੇ ਕੋਲ, ਹਰ ਵੇਲੇ ਚੁਰਮਟ ਪਿਆ ਰਹਿੰਦਾ ਸੀ। ਅੱਜ ਉਹ ਇਕੱਲੇ ਅੱਧੀ ਰਾਤ ਅੰਧੇਰੀ ਰਾਤ ਹੱਥ ਪਸਾਰਿਆ ਸੁਝਦਾ ਨਹੀਂ, ਆਕਾਸ਼ ਤੇ ਬੱਦਲ ਤਣੇ ਹੋਏ ਹਨ, ਕਿਣਮਿਣ ਹੋ ਰਹੀ ਹੈ, ਅੱਗੋਂ ਪਤਾ ਨਹੀਂ ਜਾਣਾ ਕਿੱਥੇ ਹੈ। ਤੇ ਜਿਹੜਾ ਰਸਤੇ ਵਿੱਚ ਮਿਲਿਆ ਜਿਸ ਦੇ ਉੱਤੇ ਕੁਝ ਭਰੋਸਾ ਕਰ ਸਕਦੇ ਸਨ, ਉਸਦੇ ਮਨ ਪਹਾੜ ਜਿਹਾ ਪਾਪ ਹੈ, ਇਹਨਾਂ ਨੂੰ ਘਰ ਲੈ ਜਾਵਾਂ, ਜੋ ਕੁਛ ਇਹਨਾਂ ਦੇ ਕੋਲ ਹੈ ਸਾਮਾਨ ਉਹ ਖੋ ਲਵਾਂ ਤੇ ਫਿਰ ਇਹਨਾਂ ਨੂੰ ਅਗਾਂ ਦੁਸ਼ਮਣਾਂ ਦੇ ਹੱਥ ਵੇਚ ਦੇ। ਕਾਲੀ ਰਾਤ ਡਾਡੀ, ਕਾਲੀ ਰਾਤ ਡਾਡੀ, ਉੱਤੋਂ ਪਵੇ ਬਾਰਿਸ਼ ਨਹੀਂ, ਕਿੱਧਰ ਜਾਣਾ ਪਤਾ ਨਹੀਂ, ਜਿੱਧਰ ਜਾ ਰਹੇ ਹਾਂ ਖਬਰੇ ਅੱਗੋਂ ਦੁਸ਼ਮਣਾਂ ਦਾ ਦਲ ਬੈਠਾ, ਉੱਥੋਂ ਬਾਰਿਸ਼ ਪੈ ਰਹੀ ਹੈ, ਸਿਰ ਲੁਕਾਉਣ ਦੀ ਥਾਂ ਨਹੀਂ। ਇੱਕ ਬਿਰਧ ਹੈ, ਦੋ ਮਾਸੂਮ ਹਨ,
ਕਾਲੀ ਰਾਤ ਦਾਸੀ ਛੇ ਛੱਤੇ ਮਹੱਲਾਂ ਦੇ ਮਾਲਕਾਂ ਨੂੰ ਰਸਤੀ ਲੱਭਦੀ ਥਾਂ ਅੱਜ ਜਾਨ ਬਚਾਉਣ ਨੂੰ ਨਹੀਂ, ਸਿਰ ਲੁਕਾਉਣ ਦੀ ਥਾਂ ਕੋਈ ਨਹੀਂ। ਤੇ ਜਿਸ ਵੇਲੇ ਮਿਲਿਆ ਗੰਗੂ ਮਾਂ ਨੇ ਸ਼ੁਕਰ ਕੀਤਾ, ਇਹ ਫਿਰ ਆਪਣੇ ਪਿੰਡ ਲਿਆਇਆ। ਮਨ ਵਿੱਚ ਤਾਂ ਪਹਿਲਾਂ ਹੀ ਪਾਪ ਸੀ। ਜਿਸ ਵੇਲੇ ਖੁਰਜੀ ਉਤਾਰਨ ਲੱਗਾ ਤੇ ਵਿੱਚ ਸਨ ਮੋਹਰਾਂ, ਉਹ ਚੰਦੂ ਨੇ ਛਪਾ ਕੇ ਰੱਖ ਲਈਆਂ। ਤੇ ਫਿਰ ਮਾਂ ਨੂੰ ਕਹਿੰਦਾ, ਮਾਂ ਜੀ ਜਰਾ ਸੰਭਲ ਕੇ ਰਹਿਣਾ, ਇਸ ਪਿੰਡ ਵਿੱਚ ਚੋਰੀਆਂ ਬੜੀਆਂ ਹੁੰਦੀਆਂ, ਚੋਰ ਬੜੇ ਹਨ, ਅੱਖੀਂ ਵੇਖਦੇ ਹਾਂ ਚੀਜ਼ਾਂ ਚੁਰਾ ਲੈਂਦੇ ਸੀ। ਅੱਛਾ ਬੇਟਾ, ਫਿਰ ਸਾਮਾਨ ਸੰਭਾਲ ਕੇ ਰੱਖੀ, ਤੂੰ ਉਹ ਸੰਭਾਲਣਾ, ਹੁਣ ਸਾਡੇ ਕੋਲ ਕੌਣ ਹੈ ਸੰਭਾਲਣ ਵਾਲਾ। ਦਿਨ ਚੜਿਆ, ਮਾਂ ਨੇ ਦੇਖਿਆ ਖੁਰਜੀ ਤਾਂ ਹੈ ਹੀ ਨਹੀਂ। ਚੰਦੂ ਨੂੰ ਪੁੱਛਣ ਲੱਗੀ, ਵੇ ਚੰਦੂ, ਗੰਗੂ ਗੰਗੂ ਖੁਰਜੀ ਕੋਈ ਨੀ। ਮਾਂ ਜੀ, ਫਿਰ ਕੋਈ ਚੋਰ ਲੈ ਗਏ? ਮੈਂ ਤੇ ਆਖਿਆ ਸੀ ਸੰਭਾਲ ਕੇ ਰੱਖੀ। ਮਾਂ ਨੇ ਆਖਿਆ, ਮੈਂ ਤਾਂ ਸਾਰੀ ਰਾਤ ਸੁੱਤੀ ਹੀ ਨਹੀਂ। ਜਿਨ੍ਹਾਂ ਦੇ ਕਰਮ ਸੌ ਜਾਣ ਉਹਨਾਂ ਦੀਆਂ ਅੱਖਾਂ ਨਹੀਂ ਸੌਂਦੀ, ਉਹਨਾਂ ਦੀਆਂ ਰਾਤਾਂ ਜਾਗ ਕੇ ਗੁਜ਼ਰਦੀਆਂ। ਮੈਂ ਤਾਂ ਗੰਗੂ ਸੁੱਤੀ ਨਹੀਂ, ਕਿਉਂਕਿ ਐਡੀ ਠੰਡ ਵਿੱਚ ਨੀਂਦ ਕਿੱਥੇ ਆਉਣੀ ਸੀ, ਭੁੱਖੇ ਨੂੰ ਨੀਂਦ ਆਉਂਦੀ ਹੀ ਨਹੀਂ। ਫਿਰ ਦੋ ਮੇਰੇ ਕੋਲ ਮਾਸੂਮ ਹਨ, ਕਦੇ ਆਪਣਾ ਉਤਲਾ ਕੱਪੜਾ ਉਹਦੇ ਉੱਤੇ ਪਾਨੀ ਆ, ਕਦੇ ਦੂਜੇ ਉੱਤੇ ਪਾਨੀ ਆ, ਕਦੇ ਉਹਨੂੰ ਘੁੱਟ ਕੇ ਆਪਣੇ ਨਾਲ ਲਾਨੀ ਆ ਤੇ ਨਿੱਘ ਪਹੁੰਚਾਨੀ ਆ। ਮੈਂ ਤਾਂ ਸੁੱਤੀ ਨਹੀਂ, ਹੋਰ ਕੋਈ ਆਇਆ ਨਹੀਂ, ਤੂੰ ਹੀ ਤਾਂ ਸੀ, ਸੜ ਬਲ ਗਿਆ। ਫਿਰ ਮਾਂ, ਤੂੰ ਮੈਨੂੰ ਚੋਰ ਆਖਣੀ? ਭਲਾਈ ਦਾ ਸਮਾਂ ਹੀ ਨੀ ਅੱਜ ਕੱਲ੍ਹ, ਮੈਂ ਇਹਦੀ ਭਲਾਈ ਕੀਤੀ ਤੁਹਾਨੂੰ, ਰੁੜਦਿਆਂ ਨੂੰ ਬਾਂਹ ਫੜ ਕੇ ਆਪਣੇ ਘਰ ਲਿਆਂਦਾ ਤੇ ਤੁਸੀਂ ਮੈਨੂੰ ਚੋਰ ਬਣਾਇਆ। ਮੈਂ ਗੰਗੂ ਤੈਨੂੰ ਚੋਰ ਨਹੀਂ ਆਖਿਆ, ਮੈਂ ਤਾਂ ਗੱਲ ਕੀਤੀ ਹੈ ਵੀ ਹੋਰ ਕੋਈ ਆਇਆ ਨਹੀਂ, ਫਿਰ ਹੋਰ ਚੋਰ ਕਿਵੇਂ ਬਣਾਈਦਾ? ਤੇ ਜੇ ਮਾਂ ਤੂੰ ਮੈਨੂੰ ਚੋਰ ਹੀ ਸਮਝਿਆ, ਕਿਉਂ ਬਹਿਰਾ ਤਾਂ ਮੈਂ ਬਣ ਗਿਆ, ਹੁਣ ਮੈਂ ਤੁਹਾਡੀ ਨਿਗਾਹ ਵਿੱਚ ਚੰਗਾ ਤਾਂ ਬਣਦਾ ਨਹੀਂ। ਤੇ ਫਿਰ ਪੈੜੇ ਨੇ ਜੋ ਕਰਨਾ ਉਹ ਪੈੜਾ ਹੀ ਕਰਨਾ, ਛੇਤੀ ਨਾਲ ਬਾਹਰ ਹੋਇਆ ਤੇ ਬਾਹਰੋਂ ਕੁੰਡਾ ਲਾ ਦਿੱਤਾ। ਨੇੜੇ ਹੀ ਥਾਣਾ ਸੀ, ਉੱਥੋਂ ਥਾਣੇਦਾਰ ਨੂੰ ਸੱਦ ਲਿਆਇਆ, ਥਾਣੇਦਾਰ ਸਾਹਿਬ, ਜਿਹਨੂੰ ਤੁਸੀਂ ਲੱਭਦੇ ਫਿਰਦੇ ਹੋ ਔਰ ਤੁਹਾਡੇ ਹੱਥ ਨਹੀਂ ਆਉਂਦਾ, ਉਸਦੇ ਮਾਸੂਮ ਬੱਚੇ ਮੇਰੀ ਮੁੱਠੀ ਵਿੱਚ ਹਨ, ਬੋਲੋ ਇਨਾਮ ਦਿਵਾਓਗੇ? ਮੈਂ ਆਖਿਆ, ਇਨਾਮ ਤਾਂ ਰੱਖਿਆ ਹੋਇਆ, ਜਿਤਨਾ ਇਨਾਮ ਰੱਖਿਆ ਹੋਇਆ ਬਈ ਤੈਨੂੰ ਮਿਲੇਗਾ, ਜੇ ਤੂੰ ਫੜਾਏਗਾ
ਤੇ ਫਿਰ ਨਾਲ ਜਿਸ ਵੇਲੇ ਥਾਣਾ ਲਿਆਇਆ ਤੇ ਆਣ ਕੇ ਬੂਹਾ ਖੋਲੀ ਉਸ ਤੇ ਮਾਂ ਨੇ ਤੱਕਿਆ ਤੇ ਮਾਂ ਨੇ ਆਖਿਆ ਗੰਗੂ ਇਹ ਕੀ ਆਖਿਆ ਭਲਿਆਈ ਦਾ ਕੋਈ ਸਮਾਂ ਹੀ ਨਹੀਂ ਮੈਂ ਇਹਦੀ ਭਲਿਆਈ ਕੀਤੀ ਤੁਹਾਨੂੰ ਘਰ ਲਿਆਇਆ ਤੁਸਾਂ ਮੈਨੂੰ ਹੀ ਚੋਰ ਬਣਾਇਆ ਤਾਂ ਚੰਗਾ ਫਿਰ ਦੁਸ਼ਮਣ ਤਾਂ ਦੁਸ਼ਮਣ ਹੀ ਸਹੀ ਉਸ ਵੇਲੇ ਮਾਂ ਦੀਆਂ ਅੱਖਾਂ ਖੁੱਲੀਆਂ ਕਿ ਸਾਨੂੰ ਛਲ ਕਰਕੇ ਲਿਆਇਆ ਇਹ ਕਪਟੀ ਉਸ ਵੇਲੇ ਤੇਰਾ ਮੂੰਹ ਕੀ ਆਖਦਾ ਸੀ ਅੱਜ ਕਿਸ ਤਰ੍ਹਾਂ ਗੱਲਾਂ ਪਿਆ ਕਰਨਾ ਜਿਵੇਂ ਸਾਡਾ ਕੋਈ ਵਾਕਫ ਹੀ ਨਹੀਂ ਹੁੰਦਾ 21 ਵਰੇ ਤੂੰ ਸਾਡੇ ਘਰ ਦਾ ਲੂਣ ਖਾਂਦਾ ਰਿਹਾ ਸਾਡੀ ਨੌਕਰੀ ਕਰਦਾ ਰਿਹਾ ਸਾਡਾ ਚਾਕਰ ਬਣ ਕੇ ਰਿਹਾ ਤੇ ਅੱਜ ਤੂੰ ਇੰਜ ਅੱਖਾਂ ਦਿਖਾਨਾ ਉਸ ਵੇਲੇ ਮਾਂ ਨੇ ਗੁੱਸੇ ਵਿੱਚ ਆਖਿਆ ਇਹ ਤੁਮਰੇ ਹੀ ਆਦਕੀ ਇਹ ਤੇਰਾ ਕਸੂਰ ਨਹੀਂ ਗੰਗੂ ਇਹਦਾ ਤੇਰਾ ਦੋਸ਼ ਨਹੀਂ ਇਹ ਤੁਮਰੀ ਹੀ ਆਦਕੀ ਚਲੀ ਆਤੀ ਹੈ ਬਾਤ ਜੋ ਤੁਮਰੀ ਸੇਵਾ ਕਰੇ ਤਾਂ ਕਾ ਕੀਆ ਤੁਮ ਘਾਤ ਪਾਤ ਸਾਲ ਪ੍ਰਹਿਲਾਦ ਵਿਚਾਰਾ ਜਪਤ ਰਾਮ ਸੋ ਤੁਮ ਹੀ ਮਰ ਉਹ ਵੀ ਬ੍ਰਾਹਮਣ ਸੀ ਨਾ ਜਿਸ ਨੇ ਜਾ ਕੇ ਪ੍ਰਹਿਲਾਦ ਤੇ ਚੁਗਲੀ ਕੀਤੀ ਸੀ ਪਾਤ ਸਾਲ ਪ੍ਰਹਿਲਾਦ ਵਿਚਾਰਾ ਜਪਤ ਰਾਮ ਸੋ ਤੁਮ ਹੀ ਮਾਰਾ ਰਾਮ ਚੰਦਰ ਕੀ ਸਿਆ ਚੁਰਾਈ ਉਹ ਵੀ ਬ੍ਰਾਹਮਣ ਸੀ ਰਾਵਣ ਬ੍ਰਾਹਮਣ ਸੀ ਰਾਮਚੰਦਰ ਕੀ ਸਿਆ ਚੁਰਾਈ ਔਰ ਕ੍ਰਿਸ਼ਨ ਦੇਵ ਕੋ ਜ਼ਹਿਰ ਪਿਲਾਈ ਉਹ ਵੀ ਬ੍ਰਾਹਮਣ ਸੀ ਹਰੀ ਚੰਦ ਕਾ ਮੰਦਾ ਹਾਲ ਵੇਚਿਆ ਕਾਂਸੀ ਘਰ ਚੰਡਾਲ ਉਹ ਵੀ ਬ੍ਰਾਹਮਣ ਸੀ ਹੁਣ ਅਮਰੀਕ ਭਗਤ ਥਾ ਜੋਈ ਤਿਨਕੀ ਥੀ ਕੀਨੀ ਬਦ ਖੋਈ ਉਹ ਵੀ ਬ੍ਰਾਹਮਣ ਪਰਸ਼ੁਰਾਮ ਜਜਮਾਨ ਵਿਚਾਰੇ ਕਈ ਲੱਖ ਖੱਤਰੀ ਸੰਗਾਰੇ ਪਰਸ਼ੁਰਾਮ ਨੇ ਕੁਹਾੜੇ ਨਾਲ ਕਿਤਨੇ ਲੱਖ ਖੱਤਰੀ ਮਾਰ ਦਿੱਤੇ ਬ੍ਰਾਹਮਣ ਜੋ ਸੀ ਬਈ ਐਸੇ ਮਾਤ ਗਿਨੇ ਜਬ ਸਾਰੇ ਐਸੇ ਮਾਤ ਗਿਨੇ ਜਬ ਸਾਰੇ ਦਾਂਤ ਨਿਕਾਸ ਕਹੋ ਹਥਿਆਰੇ ਕਿ ਬੜੇ ਹਮਾਰੇ ਕਰਤੇ ਆਏ ਤੋ ਹਮ ਵੀ ਕਰਦੀ ਨਾ ਦਿਖਲਾ ਤੇ ਫਿਰ ਮਾਂ ਗੁੱਸਾ ਕਾਹਦਾ ਜੇ ਮੇਰੇ ਵੱਡੇ ਇਹੋ ਜਿਹੇ ਸਨ ਔਰ ਇਹੀ ਕੁਝ ਉਹਨਾਂ ਨੇ ਕੀਤਾ ਤਾਂ ਮੈਂ ਵੀ ਕੀਤਾ ਲਾ ਲਓ ਜੋ ਬ੍ਰਾਹਮਣ ਸਾਰੇ ਮਾੜੇ ਨਹੀਂ ਹੋਏ ਮਤੀ ਦਾਸ ਵੀ ਬ੍ਰਾਹਮਣ ਸੀ ਜੋ ਆਰੇ ਨਾਲ ਚਿਰਿਆ ਗਿਆ ਸਾਸਤਰੀ ਬੋਲੋ ਸ੍ਰੀ ਬ੍ਰਾਹਮਣ ਵੀ ਏਡੇ ਸਿਦਕੀ ਹੋਏ ਹਨ ਪਰ ਜਿਹੜੇ ਮਾਤਾ ਨੇ ਗਿਣੇ ਹਨ ਉਹ ਵੀ ਬ੍ਰਾਹਮਣ ਸਨ ਕਿਉਂਕਿ ਗੰਗੂ ਨੇ ਪੈੜਾ ਕੰਮ ਕੀਤਾ ਇਸ ਵਾਸਤੇ ਮਾਂ ਨੂੰ ਇਹ ਗੱਲ ਆਖਣੀ ਪਈ ਨਹੀਂ ਤੇ ਬ੍ਰਾਹਮਣ ਸਾਰੇ ਬ੍ਰਾਹਮਣ ਨਾ ਚੰਗੇ ਨਾ ਮੰਦੇ ਨਾ ਸਾਰੇ ਸਿੱਖ ਚੰਗੇ ਨਾ ਮੰਦੇ ਨਾ ਸਾਰੇ ਮੁਸਲਮਾਨ ਚੰਗੇ ਨਾ ਮੰਦੇ ਸਭ ਇੱਕੋ ਜਿਹਾ ਨਹੀਂ ਹੋ ਸਕਦੇ ਚੰਗੇ ਵੀ ਬਹੁਤ ਹਨ ਤੇ ਮੰਦਿਆਂ ਦਾ ਵੀ ਕੋਈ ਅੰਤ ਨਹੀਂ ਚੰਗੇ ਮੰਦੇ ਰਲ ਕੇ ਹੀ ਰਹਿੰਦੇ ਆਏ ਹਨ ਜਿਵੇਂ ਫੁੱਲ ਤੇ ਕੰਡੇ ਇੱਕੇ ਟਹਿਣੀ ਨਾਲ ਹੁੰਦੇ ਹਨ ਸਾਧ ਸਿੰਘ ਬੋਲੋ ਸ੍ਰੀ ਥਾਣੇਦਾਰ ਨੇ ਆਖਿਆ ਮਾਈ ਤੂੰ ਫਿਕਰ ਨਾ ਕਰ ਅਸੀਂ ਸਿਰਫ ਬੱਚਿਆਂ ਨੂੰ ਸਰਹੰਦ ਤੱਕ ਲੈ ਜਾਣਾ ਤੇ ਫਿਰ ਇਹਨਾਂ ਬੱਚਿਆਂ ਨੂੰ ਕਿਸੇ ਨੇ ਕੀ ਆਖਣਾ ਇਹਨਾਂ ਦਾ ਕਸੂਰ ਕੀ ਹੈ ਤੇ ਤੁਸੀਂ ਹੁਣ ਆਪਸ ਵਿੱਚ ਨਾ ਕੋਈ ਗੱਲ ਕਰੋ ਚੁੱਪ ਕਰਕੇ ਸਾਡੇ ਨਾਲ ਚਲੋ ਬਹੁਤਾ ਰੌਲਾ ਨਾ ਪਾਓ ਤੁਹਾਡੇ ਆਪਣੇ ਹੱਕ ਵਿੱਚ ਅੱਛਾ ਨਹੀਂ ਹੁਣੇ ਹੀ ਅੱਖ ਲੱਗੀ ਸੀ ਸਭ ਜਾਦਿਆਂ ਦੀ ਤੇ ਜਾਗ ਜਿਸ ਵੇਲੇ ਪਏ ਤਾਂ ਪੁੱਛਿਆ ਮਾਂ ਇਹ ਕੌਣ ਹਨ ਮਾਂ ਨੇ ਆਖਿਆ ਬੇਟਾ ਮੈਂ ਕੀ ਦੱਸਾਂ ਇਹ ਕੌਣ ਹਨ ਪਰ ਤੁਸੀਂ ਉੱਠੋ ਤਿਆਰ ਹੋ ਉੱਠੋ ਚੱਲਣਾ ਉੱਠਦੀਆਂ ਹੀ ਬੱਚਿਆਂ ਨੇ ਆਖਿਆ ਮਾਂ ਜੀ ਤੇ ਪਹਿਲਾਂ ਜਪਜੀ ਸਾਹਿਬ ਤਾਂ ਸੁਣ ਲੈ
ਕਿਉਂਕਿ ਮਾਂ ਦੀ ਇਹੀ ਪੜ੍ਹਾਈ ਸੀ, ਰੋਜ਼ ਬੱਚਿਆਂ ਨੂੰ ਉਠਾ ਲੈਣਾ, ਕੁੱਲ ਬਿਠਾਉਣਾ ਤੇ ਜਪਜੀ ਸਾਹਿਬ ਦਾ ਪਾਠ ਸੁਣਨਾ। ਜਿਸ ਵੇਲੇ ਬੱਚੇ ਮੁੜ ਮਾਂ ਦੀ ਗੋਦ ਵਿੱਚ ਆਵਣ ਤਾਂ ਮਾਂ ਨੇ ਸੁਖਮਨੀ ਦਾ ਪਾਠ ਸੁਣਾਉਣਾ ਤੇ ਅਗਲੀ ਬਾਣੀ ਕੰਠ ਕਰਾਣੀ, ਪਿਛਲੀ ਬਾਣੀ ਸੁਣਨੀ। ਥਾਣੇਦਾਰ ਨੇ ਆਖਿਆ ਵਕਤ ਨਹੀਂ, ਮਾਂ ਨੇ ਆਖਿਆ ਅੱਛਾ ਬੱਚੇ ਰਸਤੇ ਵਿੱਚ ਪਾਠ ਸੁਣਾ ਲੈਣ। ਆਓ ਚੱਲੀ ਉੱਠੀ ਵਿਚਾਰੀ ਮਾਂ ਹਲਕਾ ਲੈ ਕੇ ਦੋਵਾਂ ਬੱਚਿਆਂ ਨੂੰ ਸੰਭਾਲਿਆ ਔਰ ਬਾਹਰ ਗੱਡੇ ਤੇ ਆਣ ਵੇਖੀ, ਰੱਥ ਤੇ ਆਣ ਵੇਖੀ। ਇਹ ਰੱਥ ਫਿਰ ਤੁਰਿਆ ਸਰਹੰਦ ਨੂੰ, ਰਸਤੇ ਵਿੱਚ ਕਿਸੇ ਵੇਲੇ ਜਪਜੀ ਸਾਹਿਬ ਪੜਦੀ ਹੈ, ਕਿਸੇ ਵੇਲੇ ਸੁਖਮਨੀ ਪੜਦੀ ਹੈ, ਕਿਸੇ ਵੇਲੇ ਆਖਦੀ ਹੈ ਬੱਚੇ ਉਹ ਤੁਸੀਂ ਸੁਣਾਓ। ਮੇਰਾ ਮਨ ਘਬਰਾ ਰਿਹਾ, ਕਿਉਂ ਮਾਂ ਜੀ ਤੁਸੀਂ ਘਬਰਾਉਂਦੇ ਕਿਉਂ? ਤੁਸੀਂ ਤੇ ਆਖਦੇ ਸੀ ਧਰਮੀ ਕਦੇ ਘਬਰਾਉਂਦੇ ਹੀ ਨਹੀਂ। ਔਰ ਮਾਂ ਜੀ ਮੁਸੀਬਤਾਂ ਧਰਮਵਾਨਾਂ ਤੇ ਹੀ ਆਈਆਂ ਹਨ, ਕਿਉਂਕਿ ਮੁਸੀਬਤਾਂ ਹੀ ਤਾਂ ਇਮਤਿਹਾਨ ਹਨ ਧਰਮ ਦਾ। ਔਰ ਜਿਹਦੇ ਸਿਰ ਤੇ ਮੁਸੀਬਤਾਂ ਨਹੀਂ ਆਈਆਂ ਉਸਦੇ ਧਰਮ ਦਾ ਇਮਤਿਹਾਨ ਕਦੋਂ ਹੋਏਗਾ? ਮਾਂ ਜੀ ਸਾਨੂੰ ਪੜ੍ਹਾਉਣ ਵਾਲੇ ਆਪ ਘਬਰਾ ਰਹੇ ਹੋ, ਤੁਹਾਡੇ ਮਨ ਵਿੱਚ ਖਿਆਲ ਅਸੀਂ ਵੀ ਇਹ ਛੋਟੇ ਹਨ। ਮਾਂ ਜੀ ਅਸੀਂ ਛੋਟੇ ਨਹੀਂ, ਅਸੀਂ ਛੋਟੇ ਨਹੀਂ, ਅਸੀਂ ਤੁਹਾਡੀ ਸਾਰੀ ਗੱਲ ਸਮਝਦੇ ਹਾਂ। ਜੋ ਕੁਝ ਤੁਸੀਂ ਸੁਣਾਇਆ ਪੜ੍ਹਾਇਆ ਉਹ ਸਾਡੇ ਅੰਦਰ ਹੈ। ਮਾਂ ਜੀ ਅਸੀਂ ਐਸੇ ਨਾਦਾਨ ਨਹੀਂ, ਮਾਸੂਮ ਨਹੀਂ, ਛੋਟੇ ਨਹੀਂ, ਸਾਡੀ ਤਾਂ ਕੋਈ ਚਿੰਤਾ ਨਾ ਕਰ। ਬਦਲ ਜਦ ਵੀ ਆਏ ਹਨ ਆਖੀਰ ਛਟਕੇ ਹਨ, ਹਮੇਸ਼ਾ ਆਕਾਸ਼ ਵਿੱਚ ਬਦਲ ਨਹੀਂ ਰਹਿੰਦੇ, ਆਏ ਝਟਗੜੀ ਵਸੇ ਚਲੇ ਗਏ। ਇਸੇ ਤਰ੍ਹਾਂ ਮਾਂ ਜੀ ਮੁਸੀਬਤਾਂ ਵੀ ਹਮੇਸ਼ਾ ਵਾਸਤੇ ਨਹੀਂ ਹੁੰਦੀਆਂ, ਆਉਂਦੀਆਂ ਹਨ ਪਰ ਚਲੀਆਂ ਜਾਂਦੀਆਂ ਹਨ। ਔਰ ਸਾਡੇ ਦਿਲ ਪੱਥਰ ਵਰਗੇ ਹਨ, ਅਡੋਲ ਹਨ, ਜੱਖੜ ਵਾਹ ਨਾ ਡੋਲਈ ਪਰਬਤ ਮੀਰਾਂ ਤੁਸੀਂ ਸੁਣਾਉਂਦੇ ਹੁੰਦੇ। ਮਾਂ ਮੁਸਕਰਾ ਪਈ, ਛੋਟੇ ਹਨ ਪਰ ਅੱਜ ਵੱਡੀ ਨੂੰ ਮਤ ਦੇ ਰਹੇ, ਤੋ ਮਤ ਲੈ ਲੈਣੀ ਹੈ ਭਾਵੇਂ ਛੋਟਾ ਦੇਵੇ ਕੋਈ ਦੇਵੇ ਪਰ ਜੇ ਹੋਵੇ ਦਰੁਸਤ। ਮਾਂ ਨੇ ਦੋਵਾਂ ਨੂੰ ਆਪਣੀ ਗੱਲ ਨਾਲ ਲਾ ਲਿਆ, ਪਾਠ ਕਰਨ ਲੱਗੀ, ਬੱਚੇ ਸੁਣ ਰਹੇ ਸੀ। ਇਹ ਰਸ ਭਜਿਆ ਜਾਂਦਾ, ਸਰਹੰਦ ਨੇੜੇ ਨੇੜੇ ਆਈ ਜਾਂਦੀ ਹੈ, ਅਖੀਰ ਮੁਨਾਰੇ ਦਿਸ ਪਏ। ਮਾਂ ਜੀ ਉਹ ਕੀ ਹੈ? ਮਾਂ ਨੇ ਆਖਿਆ ਇਹੀ ਸਰਹੰਦ ਹੈ। ਤੋਤਲੀ ਜਵਾਨ ਸੀ, ਮਾਂ ਜੀ ਸਰਹੰਦ ਹੈ, ਸਰਹੰਦ ਹੈ, ਬੱਚੇ ਉਹ ਸਰਹੰਦ ਹੈ, ਇੱਥੇ ਹੀ ਜਾਣ। ਜਿਸ ਵੇਲੇ ਆਏ ਤਾਂ ਬੁਰਜ ਵਿੱਚ ਆਣ ਕੇ ਬੰਦ ਕੀਤੇ। ਸਿਆਲ ਦੀ ਰਾਤ ਕਿਸੇ ਨੇ ਕੱਪੜਾ ਨਹੀਂ ਦਿੱਤਾ, ਕਿਸੇ ਨੇ ਟੁੱਕਰ ਖਾਣ ਨੂੰ ਨਹੀਂ ਦਿੱਤਾ, ਸਾਰਾ ਦਿਨ ਸਫ਼ਰ ਕੀਤਾ, ਰਾਤੀ ਬੁਰਜ ਵਿੱਚ ਆਏ, ਬਾਹਰੋਂ ਤਾਲਾ ਲੱਗ ਗਿਆ, ਪਹਿਰੇਦਾਰ ਬੂਹੇ ਤੇ ਖੜੋ ਗਿਆ। ਉਸ ਬੁਰਜ ਵਿੱਚ ਝਰਨੇ ਸਨ, ਹਵਾ ਆਉਂਦੀ ਹੈ, ਠੰਡੀ ਵਾਹ। ਮਾਂ ਆਪ ਅੱਗੇ ਹੋ ਜਾਂਦੀ ਹੈ, ਬੱਚਿਆਂ ਨੂੰ ਆਪਣੇ ਓਹਲੇ ਕਰ ਲੈਂਦੀ ਹੈ, ਪਰ ਬੱਚੇ ਇਹ ਧਨ ਬੱਚੇ ਹਨ, ਇਹ ਧਨ ਬਾਲਕ ਹਨ, ਜਿਨ੍ਹਾਂ ਨੂੰ ਨੀਂਦ ਨਹੀਂ ਆਈ, ਜਿਨ੍ਹਾਂ ਨੂੰ ਦੁੱਖ ਸੁੱਖ ਦਾ ਅਨੁਭਵ ਹੈ, ਜਿਨ੍ਹਾਂ ਜਾਣੀਏ ਕਿ ਮਾਂ ਸਾਡੇ ਅੱਗੇ ਓਹਲਾ ਬਣ ਕੇ ਬੈਠੀ ਹੈ ਔਰ ਆਪ ਸੁਣ ਹੁੰਦੀ ਜਾਂਦੀ ਹੈ। ਤੋ ਬੱਚੇ ਉੱਠ ਕੇ ਮਾਂ ਦੀ ਕੰਧ ਨਾਲ ਆਣ ਕੇ ਲੱਗੇ, ਮਾਂ ਜੀ ਤੁਸੀਂ ਤਾਂ ਠੰਡੇ ਹੁੰਦੇ ਜਾਂਦੇ। ਹਾਂ ਬੱਚੇ ਪੌਣ ਬੜੀ ਠੰਡੀ ਹੈ, ਵਿੰਦੀ ਹੈ, ਇੱਕ ਤਾਂ ਗਮ ਖਾਈ ਜਾਂਦਾ ਹੈ, ਖਬਰ ਨਹੀਂ ਕਲਗੀਆਂ ਵਾਲਾ ਕਿੱਥੇ ਹੋਏਗਾ, ਖਬਰ ਨਹੀਂ ਉਹ ਸਿੱਖ ਪਿਆਰੇ ਕਿੱਥੇ ਹੋਣਗੇ, ਖਬਰ ਨਹੀਂ ਉੱਥੇ ਕੀ ਬੀਤੀ ਹੋਵੇਗੀ। ਮਾਂ ਜੀ ਤੁਸੀਂ ਵੀ ਚਿੰਤਾ ਵਿੱਚ, ਤੁਸੀਂ ਤਾਂ ਸਾਨੂੰ ਆਖਿਆ ਕਰਦੇ ਸਾਓ ਬੱਚੇ ਸੋਏ ਅਚਿੰਤਾ ਜਾਗ ਅਚਿੰਤਾ,
ਜਹਾਂ ਤਹਾਂ ਪ੍ਰਭ ਤੂੰ ਵਰਤਨਤਾ, ਜਿੱਥੇ ਕਿੱਥੇ ਵਾਹਿਗੁਰੂ ਹੈ ਤਾਂ ਫਿਰ ਚਿੰਤਾ ਕਾਹਦੀ। ਨਾ ਜੀ ਸਾਡੇ ਨਾਲ ਵੀ ਉਹੀ ਹੈ ਔਰ ਸਾਡੇ ਪਿਤਾ ਜੀ ਦੇ ਅੰਗ ਸੰਗ ਵੀ ਉਹੀ ਹੈ, ਨਾ ਘਬਰਾਓ। ਮਾਂ ਜੀ ਨੀਂਦ ਨਹੀਂ ਆਉਂਦੀ, ਤੁਹਾਨੂੰ ਵੀ ਨਹੀਂ ਆਈ, ਨਹੀਂ ਮੇਰੇ ਬੱਚਿਓ, ਤਾਂ ਫਿਰ ਪਾਠ ਸੁਣਾਓ, ਕਿਉਂਕਿ ਵਿਹਲਾ ਮਨ ਤਾਂ ਕੋਈ ਨਾ ਕੋਈ ਸੋਚਿਆ ਸੋਚਦਾ ਹੀ ਰਹਿੰਦਾ। ਮਾਂ ਜੀ ਇਸ ਮਨ ਨੂੰ ਕਿਸੇ ਆਰੇ ਲਾਈਏ, ਸਾਰੀ ਰਾਤ ਸੁਖਮਨੀ ਪੜਦੇ ਆਂ ਗੁਜਰੀ, ਦਿਨ ਚੜਿਆ ਬੂਹਾ ਖੁੱਲਿਆ, ਅਜੇ ਵੀ ਕਿਸੇ ਨੇ ਜਲ ਪਾਣੀ ਨਹੀਂ ਪੁੱਛਿਆ। ਉਹ ਦਿਹਾੜੀ ਵਿੱਚ ਕਿੰਨੇ ਕਿੰਨੇ ਵਾਰੀ ਛਕਣ ਵਾਲਿਆਂ ਨੂੰ ਅੱਜ ਕਿਤਨੇ ਡੰਗ ਹੋ ਗਏ ਨੇ ਭੁੱਖਿਆ, ਤੇ ਫਿਰ ਵੀ ਕਿਤਨੇ ਅਡੋਲ ਹਨ। ਪਠਾਨ ਅੰਦਰ ਆਇਆ, ਮਾਂ ਜੀ ਜ਼ਰਾ ਬੱਚਿਆਂ ਨੂੰ ਭੇਜੋ ਮੇਰੇ ਨਾਲ, ਕਿੱਥੇ ਲੈ ਜਾਏਗਾ? ਅਖੇ ਨਵਾਬ ਦੀ ਕਚਹਿਰੀ, ਨਵਾਬ ਸਾਹਿਬ ਉਡੀਕ ਰਹੇ ਹਨ। ਮਾਂ ਨੇ ਬੁੱਕਲ ਵਿੱਚ ਲੈ ਲਿਆ ਬੱਚਿਆਂ ਨੂੰ, ਮੈਂ ਨਾ ਭੇਜਾਂ, ਇਹ ਮਾਸੂਮ ਹਨ ਵਿਚਾਰੇ, ਇਹਨਾਂ ਨੇ ਕੀ ਵਿਗਾੜਿਆ ਕਿਸੇ ਦਾ? ਪਠਾਨ ਨੇ ਆਖਿਆ, ਮਾਂ ਜੀ ਧੀਰਜ ਕਰੋ, ਇਹਨਾਂ ਬੱਚਿਆਂ ਨੂੰ ਕਿਸੇ ਨੇ ਕੀ ਆਖਣਾ, ਸਿਰਫ ਨਵਾਬ ਨੇ ਦੇਖਣੇ ਹਨ, ਮਾਂ ਬੱਚੇ ਛੱਡਦੀ ਨਹੀਂ। ਪਠਾਨ ਆਖਦਾ ਮੈਂ ਲੈ ਕੇ ਜਾਣੇ ਹਨ। ਆਖਿਰ ਇਹ ਬੱਚੇ ਉੱਠ ਖੜੋਤੇ, ਮਾਂ ਜੀ ਤੁਸੀਂ ਨਾ ਘਬਰਾਓ, ਤੁਹਾਨੂੰ ਜੋ ਬਾਰ ਬਾਰ ਕਹਿੰਦੇ ਹਾਂ ਸਾਨੂੰ ਛੋਟਾ ਨਾ ਸਮਝੋ ਕਿ ਸਾਨੂੰ ਕੋਈ ਦਬਾ ਲਏਗਾ, ਤੁਸੀਂ ਨਹੀਂ ਜਾਣਦੇ ਕਿ ਅਸੀਂ ਕੌਣ ਹਾਂ, ਮਾਂ ਅਸੀਂ ਤੇਰੇ ਪੋਤਰੇ ਹਾਂ, ਮਾਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਪੁੱਤਰ ਹਾਂ, ਮਾਂ ਅਸੀਂ ਧਰਮਵਾਨ ਹਾਂ, ਅਸੀਂ ਧਰਮੀ ਬੰਦੇ ਹਾਂ, ਅਸੀਂ ਧਰਮ ਦੀਆਂ ਤਜਾ ਹਾਂ, ਇਹ ਖੜੋਤੀਆਂ ਹੀ ਰਹਿਣਗੀਆਂ, ਸਾਨੂੰ ਜਾਣਦੇ ਮਾਂ ਕੀ ਕਰ ਲਏਗਾ, ਜੇ ਨਵਾਬ ਸਾਨੂੰ ਦੇਖੇਗਾ ਅਸੀਂ ਨਵਾਬ ਨੂੰ ਦੇਖਾਂਗੇ। ਅਖੀਰ ਬੱਚੇ ਗਏ, ਮਾਂ ਨੇ ਅੱਖਾਂ ਨੀ ਚਮਕੀਆਂ, ਜਿਸ ਵੇਲੇ ਅੱਖਾਂ ਤੋਂ ਓਲੇ ਹੋਏ ਤਾਂ ਮਾਂ ਨੇ ਹੱਥ ਜੋੜੇ, ਗੁਰੂ ਨਾਨਕ ਲਈ ਆਏ, ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਹੇ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਬੱਚਿਆਂ ਦੀ ਸਹਾਇਤਾ ਕਰਨੀ। ਤੇ ਇਹ ਸਾਰਾ ਰਸਤਾ ਪੜਾਉਂਦਾ ਆਇਆ ਪੜਾਉਂਦਾ ਆਇਆ ਕਿ ਦੇਖੋ ਬੱਚਿਓ, ਤੁਸੀਂ ਨਵਾਬ ਸਾਹਿਬ ਦੇ ਸਾਹਮਣੇ ਚੱਲੇ, ਨਵਾਬ ਨੂੰ ਖੁਸ਼ ਕਰ ਲਓਗੇ ਤਾਂ ਸਭ ਕੁਝ ਪਾਓਗੇ, ਦੇਖਣਾ ਕਿਸੇ ਗੱਲੋਂ ਨਵਾਬ ਗੁੱਸੇ ਨਾ ਹੋ ਜਾਏ। ਮੈਂ ਤੁਹਾਨੂੰ ਸਮਝਾਵਾਂ ਕਿ ਨਵਾਬ ਦੀ ਕਚਹਿਰੀ ਦਾ ਅਦਬ ਅਦਾਬ ਕੀ ਹੈ। ਇੱਕ ਤਾਂ ਜਾਂਦੇ ਆ ਝੁੱਕ ਕੇ ਇਸ ਤਰ੍ਹਾਂ ਸਲਾਮ ਕਰਨੀ, ਬੜਾ ਗੁੱਸਾ ਹੈ, ਆਖਿਆ ਓਏ ਮੂਰਖਾ ਤੂੰ ਸਾਨੂੰ ਪੜਾ ਰਹੇ, ਜੋ ਦੁਨੀਆਂ ਨੂੰ ਪੜਾਉਣ ਵਾਸਤੇ ਆਏ ਹਨ ਤੂੰ ਉਹਨਾਂ ਨੂੰ ਸਮਝਾ ਰਹੇ, ਜਿਹਨਾਂ ਅੱਗੇ ਤਿੰਨ ਲੋਕ ਨਿਉਂਦੇ ਹਨ ਤੂੰ ਉਹਨਾਂ ਨੂੰ ਝੁਕਣ ਦੀ ਜਾਚ ਸਿਖਾ ਰਹੇ, ਸਾਡੇ ਸਿਰ ਇੱਕੇ ਅੱਗੇ ਝੁਕੇ ਹਨ, ਹੋਰ ਕਿਸੇ ਅੱਗੇ ਝੁਕਣਾ ਜਾਣਦੇ ਨਹੀਂ, ਔਰ ਸਾਨੂੰ ਸਮਝਾਉਣ ਦੀ ਲੋੜ ਨਹੀਂ, ਅਸੀਂ ਸਮਝੇ ਹੋਏ ਹਾਂ। ਪਰ ਫਿਰ ਵੀ ਉਹ ਸਮਝਾਉਂਦਾ ਆਇਆ ਕਿਉਂਕਿ ਉਸਨੂੰ ਨਵਾਬ ਦਾ ਹੁਕਮ ਸੀ। ਪਰ ਜਿਸ ਵੇਲੇ ਆਏ ਕਚਹਿਰੀ, ਤੇ ਰਵਾਇਤ ਕਿਵੇਂ ਭੁੱਲ ਜਾਂਦੇ ਆਪਣੀ, ਜਿਸ ਵੇਲੇ ਕਚਹਿਰੀ ਆਏ ਉਹ ਤੇ ਸਮਝਾਉਂਦਾ ਆਇਆ ਸੀ ਕਿ ਝੁੱਕ ਕੇ ਸਲਾਮ ਕਰਨੀ, ਇਹਨਾਂ ਨੇ ਆਉਂਦਿਆਂ ਹੀ ਜਕਾਰਾ ਛੱਡਿਆ, ਬੋਲੇ ਸੋ ਨਿਹਾ, ਸਾਰੇ ਸੁਣ ਕੇ ਡਹਿ ਲਗੇ, ਛੋਟੇ ਛੋਟੇ ਬੱਚੇ ਔਰ ਐਡੇ ਦਲੇਰ, ਕੋਲ ਬੈਠਾ ਸੀ ਸੱਚਾਨੰਦ, ਹੁਣ ਇਹ ਹਿੰਦੂ ਹੈ, ਹਿੰਦੂ ਹੈ ਲੇਕਿਨ ਪਾਪੀ ਐਡਾ ਕਿ ਬੁੱਚੜ ਵੀ ਸ਼ਰਮਾਵਣ। ਨਵਾਬ ਦੇ ਕੰਨ ਵਿੱਚ ਕਹਿੰਦਾ, ਦੇਖਿਆ ਨਵਾਬ ਸਾਹਿਬ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਜੇ ਇੰਨੇ ਨੇ ਬੱਚੇ ਹੋ ਕੇ ਇਸ ਤਰ੍ਹਾਂ ਦੇ ਹਨ ਤੇ ਵੱਡੇ ਹੋ ਕੇ ਕੀ ਕਰਨਗੇ,
ਆ ਇੱਕ ਨਹੀਂ ਫੜਿਆ ਜਾਂਦਾ ਕਲਗੀਆਂ ਵਾਲਾ, ਤੇ ਜਿਸ ਵੇਲੇ ਇਹ ਵੀ ਨਾਲ ਨਾਲ ਖੜੋਤੇ ਉਸਦੇ ਓਡੇ ਹੀ ਹੋ ਗਏ, ਫਿਰ ਕਿਵੇਂ ਪਕੜ ਸਕੋਗੇ? ਵੇਲਾ ਆਇਆ ਜੇ ਬਦਲਾ ਲਓ ਔਰ ਔਰੰਗਜ਼ੇਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਨਵਾਬ ਨੇ ਪਿਆਰ ਨਾਲ ਕੋਲ ਸੱਦਿਆ, ਕਿਉਂਕਿ ਜਾਣਦਾ ਸੀ ਬੱਚਿਆਂ ਨੂੰ ਜਰਾ ਕੁ ਪਿਆਰ ਦੀ ਬੋਲੀ ਬੋਲੀਏ ਜੱਟ ਵੱਸ ਹੋ ਜਾਂਦੇ। ਜਰਾ ਕੁ ਪਿਆਰ ਨਾਲ ਕੋਈ ਬੱਚੇ ਨੂੰ ਪੁਚਕਾਰ ਕੇ ਹੱਥ ਉਲਾਰੇ, ਬੱਚੇ ਉਸੇ ਦੀ ਕੁਛੜ ਚੜ ਜਾਂਦੇ। ਤਾਂ ਕੋਲ ਸੱਜ ਕੇ ਕਹਿਣ ਲੱਗਾ, ਦੇਖੋ ਬੱਚਿਓ, ਤੁਹਾਡਾ ਪਿਤਾ ਮੈਦਾਨ ਜੰਗ ਵਿੱਚ ਮਾਰਿਆ ਗਿਆ ਔਰ ਤੁਹਾਡੇ ਭਾਈ ਪਕੜੇ ਗਏ ਤੇ ਹੁਣ ਤੁਸੀਂ ਰਹਿ ਗਏ। ਅਸੀਂ ਚਾਹੁੰਦੇ ਹਾਂ ਵੀ ਤੁਹਾਡੇ ਘਰ ਦਾ ਬੀਜ ਨਾਸ ਨਾ ਹੋ ਜਾਏ, ਇਸ ਵਾਸਤੇ ਤੁਸੀਂ ਜਿਉਂਦੇ ਰਹੋ, ਸਦਾ ਸਲਾਮਤ ਰਹੋ, ਪਰ ਇੱਕ ਸ਼ਰਤ ਹੈ, ਕਿਹੜੀ? ਕਲਮਾ ਪੜ ਲਓ, ਮੁਸਲਮਾਨ ਬਣ ਜਾਓ। ਅੱਗੋਂ ਸ਼ੇਰ ਬੱਬਰ ਗਰਜੇ, ਉਹ ਪਾਪੀ ਆ ਕੀ ਪਿਆ ਕਹਿੰਦੇ, ਕਲਗੀਆਂ ਵਾਲਾ, ਕਲਗੀਆਂ ਵਾਲਾ ਚੱਲ ਹੈ, ਅਵਨਾਸੀ ਹੈ, ਅਮਰ ਹੈ, ਤੇ ਸਾਡੇ ਵੀਰ, ਸਾਡੇ ਪਿਆਰੇ, ਸਾਡੇ ਸਿੱਖ, ਉਹ ਵੀ ਤੁਹਾਡੇ ਹੱਥ ਆਉਣ ਵਾਲੇ ਨੇ। ਜਦੋਂ ਮੈਂ ਤੁਹਾਡੇ ਹੱਥ ਆ ਗਿਆ, ਸਾਨੂੰ ਤੁਸੀਂ ਆਪਣੇ ਵੱਸ ਕਰ ਲਓਗੇ, ਅਸੀਂ ਸਮਝਾਂਗੇ ਦੂਜੇ ਵੀ ਹੋਏ ਹੋਣਗੇ। ਪਰ ਜੇ ਅਸੀਂ ਛੋਟੇ ਛੋਟੇ ਤੁਹਾਡੇ ਵੱਸ ਨਹੀਂ ਆ ਸਕਦੇ ਤਾਂ ਵੱਡਿਆਂ ਦੀ ਕੀ ਗੱਲ ਪਿਆ ਕਰਨ, ਉਹ ਤਾਂ ਬਹੁਤ ਵੱਡੇ ਹਨ, ਅਸੀਂ ਤਾਂ ਉਹਨਾਂ ਦੇ ਅੱਗੇ ਤੁੱਛ ਹਾਂ, ਲੇਕਿਨ ਤੇਰੇ ਵਾਸਤੇ ਅਸੀਂ ਵੀ ਪਹਾੜ ਹਾਂ, ਜੇ ਤੂੰ ਮੱਥਾ ਲਾਏਗਾ ਆਪਣਾ ਹੀ ਫੋੜੇਗਾ। ਜਿਹਦੇ ਦਿਲਾਸੇ ਦਿੱਤੇ ਸੂਬੇ ਆਖਿਆ, ਲਾਲਾ ਨੂੰ ਬਣੋ ਮੋਮਨ, ਤੁਹਾਨੂੰ ਤਖ਼ਤ ਤੇ ਤਾਜ ਪਹਿਨਾ ਦਿਆਂਗੇ, ਇਸ ਤਖ਼ਤ ਦੇ ਉੱਤੇ ਤੁਹਾਨੂੰ ਬਿਠਾਵਾਂਗਾ, ਮੇਰਾ ਧੀ ਪੁੱਤਰ ਕੋਈ ਨਹੀਂ, ਮੇਰੇ ਵਾਰਸ ਬਣ ਜਾਓ, ਮੇਰੀ ਗੋਦੀ ਵਿੱਚ ਆ ਜਾਓ, ਮੇਰੀ ਰਾਣੀ ਬੱਚਿਆਂ ਨੂੰ ਸਹਿਕਦੀ ਹੈ, ਉਹ ਤੁਹਾਨੂੰ ਵੇਖ ਵੇਖ ਜੀਵੇਗੀ, ਮੈਂ ਆਹ ਜਿਹੜਾ ਸਿਰ ਦੇ ਉੱਤੇ ਤਾਜ ਰੱਖੀ ਬੈਠਾ ਹੈ ਤੁਹਾਡੇ ਸਿਰ ਤੇ ਰੱਖਾਂਗਾ, ਆਹ ਜਿਹੜੇ ਮੈਨੂੰ ਸਲਾਮਾਂ ਕਰ ਰਹੇ ਹਨ ਇਹ ਤੁਹਾਨੂੰ ਝੁਕਿਆ ਕਰਨਗੇ। ਇਹ ਗੱਲ ਸੁਣ ਕੇ ਬੱਚਿਆਂ ਨੇ ਕੀ ਕੀਤਾ, ਦੋਵਾਂ ਨੇ ਧਰਤੀ ਤੇ ਥੁੱਕਾਂ ਸੁੱਟੀਆਂ। ਕੋਈ ਵੱਡੀ ਨਫਸ ਦੀ ਗੱਲ ਹੋਵੇ ਆਦਮੀ ਥੁੱਕ ਸੁੱਟ ਦਿੰਦਾ, ਥੁੱਕ ਕੇ ਧਰਤੀ ਤੇ ਆਖਿਆ, ਜਿਹੜੇ ਤਖ਼ਤ ਤੇ ਤਾਜ ਦਾ ਮਾਣ ਤੈਨੂੰ, ਅਸੀਂ ਇਸ ਤੇ ਪਰਤ ਕੇ ਥੁੱਕਦੇ ਨੇ, ਤਖ਼ਤ ਤੇ ਤਾਜ ਦਾ ਲਾਲਚ ਦੇ ਰਹੇ, ਇਹ ਲਾਲਚ ਉਹਨਾਂ ਨੂੰ ਦੇ ਜਿਹਨਾਂ ਨੇ ਈਮਾਨ ਟਕੇ ਤੂੰ ਵੇਚ ਦੇਣਾ। ਐਸੇ ਬੰਦੇ ਹਨ ਸੰਸਾਰ ਵਿੱਚ, ਕੋਈ ਕਾਲ ਨਹੀਂ, ਪਰ ਉਹ ਵੀ ਹਨ ਜਿਹਨਾਂ ਨੇ ਧਰਮ ਨੂੰ ਹੀ ਸਭ ਕੁਛ ਮੰਨਿਆ, ਜਿਹਨਾਂ ਨੇ ਆਖਿਆ ਸੀਸ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਤੋ ਅੱਗੋਂ ਜਵਾਬ ਦਿੱਤਾ, ਆਖਿਆ ਜਿਹੜੇ ਤਖ਼ਤ ਤੇ ਤਾਜ ਤਖ਼ਤ ਤੇ ਤਾਜ ਦਾ ਮਾਣ ਤੈਨੂੰ, ਦੁਨੀਆਂ ਵਿੱਚ ਐਸੇ ਬੰਦੇ ਹਨ ਜਿਨ੍ਹਾਂ ਨੇ ਦੁਨੀਆਂ ਨੂੰ ਹੀ ਆਪਣਾ ਈਮਾਨ ਸਮਝਿਆ, ਦੁਨੀਆਂ ਦੀ ਖਾਤਰ ਉਹਨਾਂ ਦਾ ਈਮਾਨ ਤੱਲੀ ਤੇ ਹੈ, ਕੋਈ ਖਰੀਦ ਲਵੇ, ਕੋਈ ਮੁੱਲ ਲੈ ਲਵੇ,
ਔਰ ਧਰਮ ਇੱਕ ਐਸੀ ਚੀਜ਼ ਹੈ ਇਸਦਾ ਜਿਤਨਾ ਕੋਈ ਆਪ ਮੁੱਲ ਪਾਏਗਾ ਉਹਦਾ ਆਪਣਾ ਉਤਨਾ ਮੁੱਲ ਹੁੰਦਾ ਜਾਏ। ਜਿਸਨੇ ਧਰਮ ਨੂੰ ਤੁੱਛ ਜਾਣੇ ਹੈ ਉਸਦਾ ਆਪਣਾ ਮੁੱਲ ਵੀ ਤੁੱਛ ਹੈ, ਕਿਉਂਕਿ ਮਾਤਾ ਸੁਣਾਉਂਦੀ ਰਹੀ ਸੀ ਹਰੀਚੰਦ ਦੀ ਸਾਖੀ ਸੁਣਾਈ ਬੱਚੇ ਧਰਮ ਕੇ ਕਾਰਨ ਹਰੀਚੰਦ ਬਿਕੇ ਸੁਤ ਨਾਰ ਕਾਸ਼ੀ ਮੇਂ। ਕੱਲਾ ਹਰੀਚੰਦ ਨਹੀਂ, ਰਾਣੀ ਸਮੇਤ ਆਪਣੇ ਬੱਚੇ ਸਮੇਤ ਵਿਕ ਗਿਆ ਧਰਮ ਤੋਂ। ਧਰਮੀਆਂ ਦੇ ਕਾਰਨਾਮੇ ਸੁਣਦੇ ਹਾਂ, ਧਰਮ ਤੇ ਸ਼ਰਧਾ ਆਉਂਦੀ ਹੈ ਤੇ ਨਾਸਤਕਾਂ ਦੀਆਂ ਬੋਲੀਆਂ ਸੁਣਦੇ ਹਾਂ ਮਨ ਨਾਸਤਕ ਹੋ ਜਾਂਦਾ। ਇਸ ਵਾਸਤੇ ਸਾਹਿਬ ਆਖਦੇ ਨੇ ਸਿੱਖਾ ਤੂੰ ਰੋਜ਼ ਸੰਗਤ ਵਿੱਚ ਆਇਆ ਕਰ, ਧਰਮੀਆਂ ਦੇ ਸੁਣੇਗਾ ਕਾਰਨਾਮੇ ਤਾਂ ਤੇਰਾ ਮਨ ਧਰਮੀ ਹੁੰਦਾ ਜਾਏਗਾ। ਨਿਤਨੇਮੀਆਂ ਦਾ ਰੋਜ਼ ਦਰਸ਼ਨ ਕਰੇਗਾ ਤੂੰ ਨਿਤਨੇਮੀ ਹੋ ਜਾਏਗਾ। ਇਹ ਮਹਾਂਪੁਰਖਾਂ ਦੀ ਬਾਣੀ ਇਹ ਜਿਵੇਂ ਜਿਵੇਂ ਸੁਣੇਗਾ ਗੁਰੂ ਨਾਨਕ ਦੇ ਨੇੜੇ ਹੁੰਦਾ ਜਾਏਗਾ। ਜਿਸ ਵੇਲੇ ਐਡਾ ਹਲਾਹਲ ਚ ਦਿੱਤਾ ਇਹਨਾਂ ਦੇ ਪੈਰ ਨਹੀਂ ਫਿਸਲੇ, ਸਾਰੇ ਦੁਸ਼ਮਣ ਹਨ ਕੋਈ ਵੀ ਆਪਣਾ ਨਹੀਂ ਜਿੱਥੇ, ਔਰ ਖਬਰ ਨਹੀਂ ਜੱਟ ਨੂੰ ਕੀ ਹੋਵੇਗਾ, ਫਿਰ ਵੀ ਜਿਨ੍ਹਾਂ ਦਾ ਮਨ ਨਹੀਂ ਡੋਲਿਆ। ਔਰ ਇੰਜ ਜਵਾਬ ਦਿੱਤਾ ਜਿਹੜੇ ਤਖਤ ਤੇ ਤਾਜ ਦਾ ਮਾਨ ਤੈਨੂੰ ਸੀ ਇਸ ਤੇ ਪਰਤ ਕੇ ਅਸੀਂ ਥੁੱਕਦੇ ਵੀ ਨਹੀਂ। ਇਸ ਨੂੰ ਤੂੰ ਦੀਨ ਇਮਾਨ ਬਣਾਈ ਬੈਠਾ, ਸਾਡੀ ਨਿਗਾਹ ਵਿੱਚ ਇਹ ਸਭ ਕੁਝ ਤੁੱਛ ਹੈ, ਕਿਉਂਕਿ ਬਾਣੀ ਨੇ ਸਾਨੂੰ ਆਖਿਆ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ ਗਏ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ ਕਿਚ ਨਾਹੇ ਵਿਸੂਰੇ ਸੋ ਪ੍ਰਭ ਚਿੱਤ ਨਾ ਆਵਈ ਤਾਂ ਕੀ ਅਕੇ ਵਿਸ਼ਟਾ ਕੇ ਕੀੜੇ। ਜਿਹਨਾਂ ਕੋਲ ਧਰਮ ਨਹੀਂ ਇਤਨੇ ਸੁੱਖਾਂ ਦੇ ਹੁੰਦਿਆਂ ਫਿਰ ਵੀ ਉਹ ਕੀ ਹਨ, ਅਖੇ ਉਹ ਗੰਦਗੀ ਦੇ ਕੀੜੇ ਹਨ। ਗੰਦਗੀ ਦੇ ਕੀੜੇ ਸਾਨੂੰ ਉਪਦੇਸ਼ ਕਰ ਰਹੇ, ਇਸ ਤਖਤ ਤੇ ਤਾਜ ਦਾ ਸਾਨੂੰ ਲਾਲਚ ਲੋਭ ਦੇ ਰਹੇ, ਅਸੀਂ ਇਸ ਤੇ ਪਰਤ ਕੇ ਥੁੱਕਦੇ ਨਹੀਂ। ਤੇਰੇ ਜ਼ੁਲਮ ਦੇ ਬਦਲਾਂ ਵਿੱਚ ਜ਼ਾਲਿਮ ਸੂਰਜ ਚੰਦ ਸਚਾਈ ਦੇ ਛੁਪਦੇ ਨਹੀਂ। ਇਹ ਉਹ ਬ੍ਰਿਕਸ਼ ਨੇ ਕਿ ਜੜਾਂ ਤੋਂ ਵੱਡਿਆਂ ਵੀ, ਇਹ ਉਹ ਬ੍ਰਿਕਸ਼ ਨੇ ਜੜਾਂ ਤੋਂ ਵੱਡਿਆਂ ਵੀ ਫਲ ਮੁੱਕਦੇ ਨਹੀਂ ਫੁੱਲ ਸੁੱਕਦੇ ਨਹੀਂ। ਇਹ ਉਹ ਸੀਸ ਨੇ ਜਿਹੜੇ ਅਕਾਲ ਬਾਜੋਂ ਕਦੇ ਕਾਲ ਦੇ ਅੱਗੇ ਵੀ ਝੁਕਦੇ ਨਹੀਂ। ਤਾਂ ਫਿਰ ਪਬਕਿਆ ਗਰਜਿਆ ਬੜਾ ਡਰਾਇਆ, ਅੱਖਾਂ ਕੱਢ ਕੱਢ ਵੇਖੇ, ਜਾਣਦੇ ਹੋ ਮੈਂ ਕੀ ਕਰਾਂਗਾ, ਕੀ ਕਰ ਲਏਗਾ ਤੂੰ, ਕੀ ਹੋਇਆ ਜੇ ਮੁੱਠਕ ਹੱਡੀਆਂ ਦੀ, ਆ ਸਾਡੀਆਂ ਮੁੱਠਕ ਹੱਡੀਆਂ ਹੀ ਹਨ, ਹੋਰ ਅਸੀਂ ਕੀ ਹਾਂ, ਇਹ ਸਰੀਰ ਕੀ ਹੈ, ਕੀ ਹੋਇਆ ਜੇ ਮੁੱਠਕ ਹੱਡੀਆਂ ਦੀ ਤੇਰੇ ਜ਼ੁਲਮ ਦੀ ਅੱਗ ਵਿੱਚ ਪਾ ਦਿਆਂ। ਜੇ ਤੂੰ ਪਾਪ ਕਰੇਗਾ ਜ਼ੁਲਮ ਕਰੇਗਾ ਤਾਂ ਵੱਡੀ ਗੱਲ ਹੈ ਸਾਡੇ ਸਰੀਰਾਂ ਨੂੰ, ਅਸੀਂ ਸਰੀਰ ਅੱਗੇ ਹੀ ਧਰਮ ਤੋਂ ਕੁਰਬਾਨ ਕਰਨ ਵਾਸਤੇ ਹੀ ਸਮਝਿਆ ਕਿ ਸਾਨੂੰ ਮਿਲੇ ਹੋਏ, ਕਿਉਂਕਿ ਸਾਡੇ ਬਾਪੂ ਦਾ ਬਚਨ ਹੈ ਹਮ ਏਕਾਜ ਜਗਤ ਮੈਂ ਆਏ ਧਰਮ ਹੇਤ ਗੁਰਦੇਵ ਪਠਾਏ। ਸਾਨੂੰ ਤਾਂ ਅਕਾਲ ਪੁਰਖ ਨੇ ਧਰਮ ਵਾਸਤੇ ਹੀ ਸੰਸਾਰ ਵਿੱਚ ਭੇਜਿਆ, ਔਰ ਧਰਮ ਸਾਡਾ ਇਹੀ ਹੈ ਜਬ ਆਪ ਕੀ ਔਧ ਨਿਦਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਬਣੇ।
ਜਦੋਂ ਅੰਤ ਵੇਲਾ ਆਵੇ ਤਾਂ ਸਰੀਰ ਦੀਆਂ ਹੱਡੀਆਂ ਵੀ ਇਹ ਕਿਸੇ ਲੇਖੇ ਲੱਗ ਜਾ। ਕੀ ਹੋਇਆ ਜੇ ਮੁੱਠਿਕ ਹੱਡੀਆਂ ਨੇ, ਕੀ ਹੋਇਆ ਜੇ ਮੁੱਠਿਕ ਉਹ ਹੱਡੀਆਂ ਦੀ ਤੇਰੇ ਜ਼ੁਲਮ ਦੀ ਅੱਗ ਵਿੱਚ ਪਾ ਦਿਆਂਗੇ। ਜਵਾਬ ਸੁਣ ਕੇ ਨਵਾਬ ਸੜਦਾ ਬਲਦਾ ਉੱਠ ਗਿਆ, ਕਹਿੰਦਾ ਬੰਦ ਕਰ ਦਿਓ ਬੁਰਜ ਵਿੱਚ, ਕੱਲ ਫਿਰ ਪੇਸ਼ ਕਰਨੀ, ਅੱਜ ਮੈਂ ਸਲਾਹ ਕਰਨੀ ਕਿ ਕਿਹੜੀ ਵੱਡੀ ਤੋਂ ਵੱਡੀ ਇਹਨਾਂ ਨੂੰ ਸਜ਼ਾ ਦਿੱਤੀ ਜਾਏ, ਕਿਹੜਾ ਵੱਡੇ ਤੋਂ ਵੱਡਾ ਇਹਨਾਂ ਨੂੰ ਦੁੱਖ ਦਿੱਤਾ ਜਾਏ ਜਿਹਨੂੰ ਇਹ ਸਹਿ ਨਾ ਸਕਣ ਔਰ ਮੇਰੀ ਈਨ ਮੰਨਣ। ਇਸ ਵੇਲੇ ਪਰਤ ਕੇ ਆ ਰਹੇ ਸਨ, ਮਾਂ ਬੁਰਜ ਵਿੱਚ ਬੈਠੀ ਉਡੀਕ ਰਹੀ ਸੀ, ਆਉਂਦਿਆਂ ਮਾਂ ਦੇ ਚਰਨਾਂ ਤੇ ਸੀਸ ਧਰਿਆ, ਮਾਂ ਨੇ ਬੁੱਕਲ ਵਿੱਚ ਲੈ ਲਈ ਤੇ ਬੱਚਿਓ ਕਿਵੇਂ? ਮਾਂ ਜੀ ਮੈਂ ਇਸ ਤਰ੍ਹਾਂ ਕਿਹਾ। ਦੂਜੇ ਨੇ ਦੱਸਿਆ, ਮਾਂ ਜੀ ਮੈਂ ਇਸ ਤਰ੍ਹਾਂ ਆਖਿਆ। ਮਾਂ ਜੀ ਉਸਦਾ ਤੇ ਰੰਗ ਹੀ ਉੱਡ ਗਿਆ ਸੁਣ ਕੇ, ਉਹ ਸਮਝਦਾ ਸੀ ਕਿ ਛੋਟੇ ਹਨ, ਜਿਵੇਂ ਮੈਂ ਚਾਹਾਂਗਾ ਤਿਵੇਂ ਕਰ ਲਵਾਂਗਾ, ਪਰ ਮਾਂ ਜੀ ਉਸਨੂੰ ਅੱਜ ਪਤਾ ਲੱਗ ਗਿਆ ਕਿ ਇਹ ਉਹ ਚਣੇ ਨਹੀਂ ਜਿਹਨਾਂ ਨੂੰ ਚਬਾ ਲਏਗਾ, ਇਹ ਲੋਹੇ ਦੇ ਹਨ, ਲੋਹੇ ਦੇ। ਜੇ ਕੋਈ ਇਹਨਾਂ ਨੂੰ ਚਬਾਵਣ ਦੀ ਹਿਮਾਕਤ ਕਰੇਗਾ ਉਸਦੇ ਡੰਡ ਟੁੱਟ ਜਾਣਗੇ। ਸੁਣ ਸੁਣ ਕੇ ਬੱਚਿਆਂ ਦੀਆਂ ਗੱਲਾਂ ਮਾਂ ਆਸ਼ਚਰਜ ਪਈ ਹੋਵੇ। ਬੱਚਿਓ ਤੁਸੀਂ ਬੜੀ ਸਭਾ ਵਿੱਚ ਜਿੱਥੇ ਕੋਈ ਵੀ ਆਪਣਾ ਨਹੀਂ ਸੀ ਤੁਸੀਂ ਇਹ ਜਵਾਬ ਦਿੱਤੇ ਤਾਂ ਬੱਚਿਓ ਤੁਸੀਂ ਮੇਰੇ ਕਹਿਣ ਦੀ ਲਾਜ ਰੱਖ ਲਏ। ਮੈਂ ਇਹ ਹੀ ਅਰਦਾਸੇ ਕਰ ਰਹੀ ਸਾਂ, ਇਹ ਗਰੀਬ ਨਵਾਜ਼ ਸਰੀਰ ਤਾਂ ਮੁੜ ਵੀ ਮਿਲ ਜਾਣਗੇ, ਧਰਮ ਕਿੱਥੋਂ ਲੱਭੇਗਾ? ਧਰਮ ਦਾ ਕਾਲ ਪੈ ਜਾਏਗਾ, ਧਰਮ ਅਲੋਪ ਹੋ ਜਾਏਗਾ ਸੰਸਾਰ ਤੋਂ ਜੇ ਇਹਨਾਂ ਬੱਚਿਆਂ ਦੇ ਧਰਮ ਤੇ ਕੋਈ ਆਣ ਬਣੀ ਤਾਂ। ਸ਼ੁਕਰ ਹੈ ਪੰਜਵੇਂ ਪਾਤਸ਼ਾਹ ਨੇ ਤੁਹਾਡੇ ਧਰਮ ਦੀ ਲਾਜ ਰੱਖੀ, ਨਵੇਂ ਪਾਤਸ਼ਾਹ ਤੁਹਾਡੇ ਧਰਮ ਦੇ ਸਹਾਇਕ ਬਣੇ ਹਨ। ਬੱਚਿਓ ਕੱਲ ਵੀ ਜਾਓਗੇ ਤਾਂ ਇਸੇ ਤਰ੍ਹਾਂ ਕਹਿਣਾ, ਦੇਖਣਾ ਕਿਤੇ ਧਰਮ ਦੀ ਕੰਡ ਨਾ ਲੱਗ ਜਾਏ। ਅਸੀਂ ਸੰਸਾਰ ਵਿੱਚ ਧਰਮ ਵਾਸਤੇ ਆਏ ਹਾਂ ਔਰ ਧਰਮ ਦੀ ਖਾਤਰ ਹੀ ਜੋ ਕੁਝ ਪੈ ਕਰਦੇ ਹਾਂ ਕਰਦੇ। ਮਾਂ ਜੀ ਤੁਸੀਂ ਫਿਕਰ ਨਾ ਕਰ, ਸਾਡਾ ਤੇ ਰੱਤੀ ਵਾਰ ਵੀ ਫਿਕਰ ਨਾ ਕਰ, ਅਸੀਂ ਤੇ ਅੱਜ ਇਹਨਾਂ ਨੂੰ ਦੇਖ ਲਿਆ, ਕੱਲ ਫਿਰ ਚੰਗੀ ਤਰ੍ਹਾਂ ਦੇਖ ਲਾਂਗੇ। ਅੱਜ ਵੀ ਕਿਸੇ ਨੇ ਟੁੱਕ ਪਾਣੀ ਨਹੀਂ ਦਿੱਤਾ, ਕਿਤਨੇ ਦਿਨ ਹੋ ਗਏ ਨੇ ਭੁੱਖਿਆਂ, ਏਡੇ ਤਸੀਹੇ ਸ਼ਾਇਦ ਹੀ ਕਿਸੇ ਨੇ ਚੱਲੇ ਹੋਣ, ਏਡਾ ਦੁੱਖ ਸ਼ਾਇਦ ਹੀ ਕਿਸੇ ਨੇ ਪਾਇਆ ਹੋਵੇ ਔਰ ਏਡੀ ਸਲਾਮਤੀ ਵਿੱਚ ਸ਼ਾਇਦ ਹੀ ਕੋਈ ਰਿਹਾ ਹੋਵੇ ਕਿ ਸਾਰਾ ਦਿਨ ਸੁਖਮਨੀ ਦਾ ਪਾਠ, ਜਪਜੀ ਦਾ ਪਾਠ, ਆਸਾ ਦੀ ਵਾਰ ਦਾ ਪਾਠ ਔਰ ਸਾਖੀਆਂ ਇਤਿਹਾਸ ਗੁਰੂ ਕਾ ਸਾਰਾ ਦਿਨ ਸਤਸੰਗ ਲੱਗਿਆ ਰਿਹਾ, ਸਤਸੰਗ ਬਣਿਆ ਰਿਹਾ। ਰਾਤ ਫਿਰ ਆਈ ਉਸੇ ਤਰ੍ਹਾਂ ਗੁਜ਼ਾਰੀ, ਕਦੇ ਉਸਨੂੰ ਬੁੱਕਲ ਵਿੱਚ ਲਿਆ, ਕਦੇ ਉਹਨੂੰ ਬੁੱਕਲ ਵਿੱਚ ਲਿਆ, ਕਦੇ ਇੱਕ ਨੂੰ ਨਿੱਘਾ ਕੀਤਾ ਫਿਰ ਦੂਜੇ ਨੂੰ ਤੱਕਿਆ ਤੇ ਠੰਡਾ।
ਕਿਉਂਕਿ ਦਿਨ ਹੀ ਐਸੇ ਸਨ, ਏਡੀ ਸਰਦੀ ਸੀ, ਫਿਰ ਉਹ ਤੇ ਹੈ ਹੀ ਥਾਂ ਪਹਾੜਾਂ ਦੇ ਨੇੜੇ। ਆ ਸ਼ਿਮਲੇ ਦੀ ਲਹਿਰ ਸਰਦੀ ਦੀ ਇੱਥੋਂ ਤੱਕ ਅਪੜਦੀ ਹੈ, ਉਹ ਤੇ ਬਹੁਤ ਹੀ ਨੇੜੇ ਹੈ। ਫਿਰ ਵੀ ਰਾਤ ਜਿਵੇਂ ਕਿਵੇਂ ਗੁਜਰੀ, ਦਿਨ ਚੜਿਆ, ਉਹ ਪਠਾਨ ਫਿਰ ਆਇਆ, ਲੈ ਜਾਣ ਲੱਗਾ ਮਾਂ ਨੇ ਫਿਰ ਆ ਕੇ, ਆ ਹੁਣ ਕੀ ਲੈ ਜਾਏਗਾ ਇਹਨਾਂ ਨੂੰ, ਕੱਲ ਜੋ ਗਏ ਸਨ। ਮਾਂ ਜੀ ਅਜੇ ਵੀ ਇਹਨਾਂ ਦੇ ਮਨ ਵਿੱਚ ਕੋਈ ਹੈ ਤਾਂ ਕੱਢ ਲੈਣ ਦਿਓ, ਜੋ ਕੁਝ ਅਸੀਂ ਵੀ ਕੱਲ ਨਹੀਂ ਆ ਕੇ ਅਸੀਂ ਕਹਿਣਾ ਚਾਹੁੰਦੇ ਹਾਂ। ਫਿਰ ਉਸੇ ਤਰ੍ਹਾਂ ਕਚਹਿਰੀ ਵਿੱਚ ਪਹੁੰਚੇ, ਫਤਿਹ ਗਜਾਈ, ਇੰਜ ਗੱਜ ਕੇ ਬੋਲੇ ਸ਼ੇਰ ਬੱਬਰ ਵਾਂਗੂ ਕਿ ਸਾਰਿਆਂ ਦੇ ਦਿਲ ਦਹਿਲ ਗਏ। ਉਹ ਸੁੱਚਾ ਆਨੰਦ ਜਿਹਦਾ ਨਾਮ ਮਾਂ ਨੇ ਸੁੱਚਾ ਆਨੰਦ ਰੱਖਿਆ ਸੀ, ਪਰ ਸੀ ਝੂਠਾ ਆਨੰਦ। ਸਮਝਾਉਣ ਵਾਸਤੇ ਆਇਆ, ਬੱਚਿਓ ਆਦਾਬ ਨਾ ਭੁੱਲੋ, ਜਾਣਦੇ ਹੋ ਤੁਸੀਂ ਨਵਾਬ ਦੇ ਰਹਿਮ ਤੇ ਹੋ, ਜੇ ਖੁਸ਼ ਹੋ ਜਾਏਗਾ ਤੁਹਾਨੂੰ ਮਾਫ ਕਰੇਗਾ, ਨਾਰਾਜ਼ ਹੋਵੇਗਾ ਤਾਂ ਫਿਰ ਸਜ਼ਾ ਦੇਵੇਗਾ। ਸਜ਼ਾ ਤੋਂ ਅਸੀਂ ਡਰਦੇ ਨਹੀਂ, ਤੂੰ ਸਜ਼ਾ ਕਿਸ ਨੂੰ ਸਮਝਦਾ? ਅਸੀਂ ਤਾਂ ਸਜ਼ਾ ਵਾਰ ਉਸਨੂੰ ਸਮਝਦੇ ਹਾਂ ਜਿਸਨੇ ਆਪਣੇ ਧਰਮ ਦੀ ਕੰਡ ਲਵਾ ਲਈ। ਉਹ ਮੇਰਾ ਸਜ਼ਾ ਵਾਰ ਨਹੀਂ, ਉਹ ਬੜਾ ਖਤਾ ਵਾਰ ਹੈ। ਸਜ਼ਾ ਤਾਂ ਉਸਨੇ ਭੋਗਣੀ ਭੋਗਣੀ, ਇਹ ਨਰਕ ਬਣੇ ਕਿਸ ਵਾਸਤੇ ਹਨ? ਉਹਨਾਂ ਦੇ ਵਾਸਤੇ ਜਿਤਨੇ ਨਰਕ ਸੋ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਸਾ। ਜਿਤਨੇ ਨਰਕ ਹਨ ਇਹ ਮਨਮੁਖਾਂ ਵਾਸਤੇ ਬਣੇ ਹਨ, ਔਰ ਜੋ ਗੁਰਮੁਖ ਹਨ ਜਿਹਨਾਂ ਨੇ ਗੁਰੂ ਨੂੰ ਮੁਖ ਕੀਤਾ ਹੈ, ਉਹਨਾਂ ਨੂੰ ਮਾਸਾ ਵੀ ਲੇਪ ਨਹੀਂ ਲੱਗਦਾ। ਤਾਂ ਝੂਠੇ ਆਨੰਦ ਨੇ ਆਖਿਆ, ਨਵਾਬ ਸਾਹਿਬ ਇਹਨਾਂ ਤਿਲਾਂ ਵਿੱਚ ਤੇਲ ਹੈ ਹੀ ਨਹੀਂ, ਇਹਨਾਂ ਤੋਂ ਹੁਣ ਐਸੀ ਮੌਤ ਮਾਰੋ ਕਿ ਦੂਜਿਆਂ ਨੂੰ ਸੁਣ ਕੇ ਕੰਨ ਹੋ। ਤਾਂ ਫਿਰ ਹੁਕਮ ਲਿਖਿਆ ਇਹਨਾਂ ਦੋਵਾਂ ਬੱਚਿਆਂ ਨੂੰ ਦੀਵਾਰ ਵਿੱਚ ਖੜਾ ਕਰਕੇ ਦੀਵਾਰ ਚੁਣ ਲਈ। ਆ ਮਲੇਰਕੋਟਲੇ ਦਾ ਨਵਾਬ ਇਹ ਉੱਥੇ ਬੈਠਾ ਸੀ। ਜਿਸ ਵੇਲੇ ਉਸਨੇ ਇਹ ਅਨਿਆਂ ਦੇਖਿਆ, ਕੋਈ ਨਾ ਕੁਛ ਕਿਹਾ, ਇਹ ਖੜੋ ਗਿਆ। ਇਸਨੇ ਉੱਚੀਆਂ ਬਾਹਾਂ ਕਰਕੇ ਹਾਂ ਦਾ ਨਾਰਾ ਮਾਰਿਆ, ਆਖਿਆ ਮੈਂ ਕਰਨ ਜੋਗਾ ਕੁਛ ਨਹੀਂ, ਪਰ ਦੁਹਾਈ ਖੁਦਾ ਦੀ, ਇਹ ਕਹਿਰ ਹੈ, ਅਨਿਆਂ ਹੈ। ਇਹਨਾਂ ਮਾਸੂਮਾਂ ਉੱਤੇ ਏਡਾ ਜ਼ੁਲਮ ਅੱਜ ਤਾਈਂ ਨਾ ਜੇ ਕਦੇ ਹੋਇਆ ਨਾ ਹੋਵੇਗਾ। ਕਹਿ ਕੇ ਬੈਠ ਗਿਆ, ਵਿਚਾਰਾ ਕੌਣ ਸੁਣਦਾ ਸੀ, ਉਹ ਆਪਣੀ ਆਈ ਤੇ ਤੁਲੇ ਹੋਏ ਸਨ। ਆਖਿਰ ਉਹ ਵੇਲਾ ਆ ਗਿਆ ਜਿਸ ਵੇਲੇ ਫੁੱਟ ਫੁੱਟ ਕੰਧ ਬਣਾਈ ਤੇ ਉੱਤੇ ਖੜੇ ਕਰ ਲੈ ਤੇ ਇੱਟਾਂ ਲੱਗਣ ਲੱਗੀਆਂ, ਦੁਨੀਆਂ ਦੇਖਣ ਵਾਸਤੇ ਖੜੋਤੀ, ਕਿਉਂਕਿ ਡਾਉਂਦੀ ਪਿਟਵਾ ਦਿੱਤੀ, ਸਭ ਕੋਈ ਆਣ ਕੇ ਵੇਖੇ, ਦੁਨੀਆਂ ਦੇਖ ਰਹੀ ਹੈ ਇਹ ਖੜੋਤੇ ਹਨ, ਪਰ ਇਹਨਾਂ ਦੇ ਮੁੱਖ ਮਸਤਕ ਕੈਸੇ ਹਨ, ਜਿਵੇਂ ਅੱਜ ਸੂਰਜ ਇੱਕ ਨਹੀਂ ਚੜਿਆ, ਕਿਤਨੇ ਸੂਰਜ ਪ੍ਰਕਾਸ਼ ਹੋਏ ਹਨ ਔਰ ਇਹਨਾਂ ਦੇ ਮਸਤਕ ਦੇ ਉੱਤੇ ਹੋਏ ਹਨ। ਇਨ ਚਿਹਰੇ ਨੂਰਾਨੀ ਸਨ ਦੋਵਾਂ ਦੇ, ਦੀਵਾਰ ਬਣ ਰਹੀ ਹੈ, ਇੱਟਾਂ ਲੱਗ ਰਹੀਆਂ ਹਨ, ਗੋਡੇ ਤੱਕ ਦੀਵਾਰ ਆ ਚੁੱਕੀ ਹੈ। ਉਹ ਇੱਟ ਤੋੜ ਕੇ ਲਾਉਣ ਲੱਗਾ, ਇਸ ਪਾਪੀ ਨੇ ਆਖਿਆ, ਇੱਟ ਕਿਉਂ ਤੋੜਨਾ ਹੈ, ਗੋਡੇ ਨੂੰ ਤੋੜ ਲੈ। ਮਾਰ ਕੇ ਤੇ ਸੀ ਗੋਡੇ ਦੀ ਹੱਡੀ ਤੋੜ ਦਿੱਤੀ, ਇੱਟ ਨਾ ਤੋੜਨੀ ਪਵੇ, ਛਾਲਾ ਫੱਟ ਪਵੇ ਫੁੱਟਣ ਜੋਗੀ, ਛਾਲਾ ਫੱਟ ਪਵੇ ਫੁੱਟਣ ਜੋਗੀਆਂ ਨੂੰ, ਜਿਨ੍ਹਾਂ
ਪਲ ਵਿੱਚ ਪਾਈ ਦੀਵਾਰ ਫੁੱਟ 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 ਕੰਧ ਉੱਤੇ ਫੁੱਟ ਫੁੱਟ ਫਰਕ ਛੱਡ ਕੇ ਉੱਤੇ ਖੜੇ ਕੀਤੇ ਹੋਰ ਫੁੱਟ ਫੁੱਟ ਖੂਨ ਵਗਦਾ ਫੁੱਟੇ ਗੋਡਿਆਂ ਚੋਂ ਵੇਖਣ ਵਾਲੜੇ ਸੁਣੇ ਰੁਨੇ ਨਰ ਨਾਰ ਫੁੱਟ ਫੁੱਟ ਫੁੱਟੀ ਸਾਰੀ ਦੀ ਸਾਰੀ ਦੀਵਾਰ ਫੁੱਟ ਫੁੱਟ ਐ ਪਰ ਫੁੱਟੇ ਨਾ ਇਹ ਹੋਣ ਹਾਰ ਫੁੱਟ ਫੁੱਟ ਸੱਤ ਸਾਲ ਦਾ ਛੋਟਾ ਨੌ ਸਾਲ ਦਾ ਵੱਡਾ ਕਦ ਵਿੱਚ ਗਿੱਠ ਬਰਾਬਰ ਫਰਕ ਹੈ ਤੇ ਜਿਸ ਵੇਲੇ ਦੀਵਾਰ ਬਣਦੀ ਛੋਟੇ ਦੇ ਸੀਸ ਤੱਕ ਆ ਗਈ ਤੇ ਵੱਡਾ ਰੋ ਕੇ ਜੋਰਾਵਰ ਸਿੰਘ ਦਾ ਰੌਣ ਨਿਕਲ ਗਿਆ ਫਤਿਹ ਸਿੰਘ ਦਾ ਰੌਣ ਨਿਕਲ ਗਿਆ ਆਵਾਜ਼ ਆਈ ਹਟਕੋਰੇ ਦੀ ਗਰਦਨ ਤਾਂ ਇੱਧਰ ਹੋ ਨਹੀਂ ਸੀ ਸਕਦੀ ਅੱਖ ਫੇਰ ਕੇ ਵੇਖਿਆ ਵੇਖਿਆ ਵੱਡਾ ਭਾਈ ਰੋ ਰਿਹਾ ਆਖਿਆ ਭਾਈ ਤੂੰ ਤਾਂ ਮੈਨੂੰ ਮਤ ਦੇਣੀ ਸੀ ਘਬਰਾ ਗਈ ਤੂੰ ਰੋ ਰਿਹਾ ਉਹਨੇ ਆਖਿਆ ਨਹੀਂ ਮੈਂ ਘਬਰਾ ਕੇ ਨਹੀਂ ਰੋ ਰਿਹਾ ਮੈਨੂੰ ਇੱਕ ਖਿਆਲ ਆਇਆ ਉਸ ਖਿਆਲ ਨੇ ਰਵਾ ਦਿੱਤਾ ਆਖਿਆ ਕਿਹੜਾ ਖਿਆਲ ਆਇਆ ਜੀ ਤਾਂ ਵੱਡੇ ਨੇ ਆਖਿਆ ਮੈਨੂੰ ਇਹ ਖਿਆਲ ਆਇਆ ਮੈਂ ਸੰਸਾਰ ਵਿੱਚ ਆਇਆ ਤਾਂ ਪਹਿਲਾਂ ਆਇਆ ਤੇ ਜੇ ਹੁਣ ਦਰਗਾਹ ਨੂੰ ਜਾਣ ਦਾ ਵੇਲਾ ਆਇਆ ਤੇ ਤੂੰ ਪਹਿਲਾਂ ਜਾ ਰਹੀ ਮੇਰਾ ਅੱਖ ਸੀ ਪਹਿਲੇ ਮੈਂ ਜਾਂਦਾ ਪਹਿਲੇ ਮੈਂ ਆਇਆ ਮੈਂ ਜਾਂਦਾ ਪਰ ਤੇਰਾ ਕੱਦ ਛੋਟਾ ਹੈ ਨਾ ਵੀਰਾ ਤੇਰੇ ਗਲੇ ਤੱਕ ਇਹ ਹੱਡੀਆਂ ਇਹ ਇੱਟਾਂ ਲੱਗ ਚੁੱਕੀਆਂ ਹਨ ਹੋਰ ਦੋ ਇੱਟਾਂ ਨਾਲ ਤੇਰਾ ਮੱਥਾ ਵੀ ਕਜਿਆ ਜਾਏਗਾ ਤੇ ਫਿਰ ਤੇਰੇ ਸਵਾਸ ਰੁਕ ਜਾਣਗੇ ਤੂੰ ਦਰਗਾਹ ਨੂੰ ਚਲਾ ਜਾਏਗਾ ਅਜੇ ਮੈਨੂੰ ਦੋ ਕਿੱਟਾਂ ਦੀ ਹੋਰ ਕਸਰ ਰਹਿ ਗਈ ਹੈ ਜੇ ਕਿਤੇ ਇੱਕੋ ਜਿਹੇ ਹੁੰਦੇ ਰਲ ਕੇ ਜਾਂਦੇ ਗਲਕੜੀਆਂ ਪਾ ਕੇ ਜਾਂਦੇ ਪਰ ਵੀਰਾ ਤੂੰ ਪਹਿਲਾਂ ਚਲੇ ਤਾਂ ਮੇਰਾ ਦਾਦੇ ਗੁਰੂ ਨੂੰ ਜਾ ਕੇ ਮੱਥਾ ਟੇਕ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਕੇ ਆਪਣਾ ਵੀ ਤੇ ਮੇਰੀ ਵੱਲੋਂ ਵੀ ਬੇਨਤੀ ਕਰੀ ਪਾਤਸ਼ਾਹ ਜਿਸ ਕਾਰਜ ਨੂੰ ਤੁਸਾਂ ਨੇ ਭੇਜਿਆ ਸੀ ਉਹ ਕਾਰਜ ਹੋ ਰਿਹਾ ਜਿਸ ਮਕਸਦ ਨੂੰ ਅਸੀਂ ਕੁਰਬਾਨੀ ਦਿੱਤੀ ਹੈ ਇਸ ਨੂੰ ਫਲ ਲੱਗੇ ਇਹਨੂੰ ਫਲ ਲੱਗੇ ਕਿ ਲੋਕੀ ਧਰਮੀ ਬਣ ਲੋਕਾਂ ਦੇ ਅੰਦਰ ਧਰਮ ਦੀ ਕੀਮਤ ਆ ਜਾਵੇ ਧਰਮ ਲੋਕੀ ਸਮਝਣ ਕਿ ਧਰਮ ਕੋਈ ਐਡੀ ਸਸਤੀ ਸ਼ੈ ਨਹੀਂ ਜਿਹਨੂੰ ਜਦੋਂ ਜੀ ਚਾਹਿਆ ਵੇਚ ਦਿੱਤਾ ਅੱਜ ਦਾ ਦਿਨ ਸੀ ਅੱਜ ਦੇ ਦਿਨ ਦੋਵੇਂ ਸਰਦਾ ਦੇ ਛੋਟੇ ਪਾਪੀਆਂ ਨੇ ਨੀਹਾਂ ਵਿੱਚ ਚਿਣਾ ਦਿੱਤੇ ਜਿਹਨਾਂ ਨੇ ਕੁਛ ਨਹੀਂ ਸੀ ਵਿਗਾੜਿਆ ਕਿਸੇ ਦਾ ਜਿਹਨਾਂ ਦਾ ਕਸੂਰ ਸੀ ਤਾਂ ਇਹੀ ਸੀ ਕਿ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਔਰ ਸਾਧ ਸੰਗਤ ਕਿਸ ਵਾਸਤੇ ਨਹੀਂ ਛੱਡਿਆ ਉਹ ਪੜ੍ਹਾਉਣ ਵਾਲੇ ਸਨ ਅਸੀਂ ਪੜ੍ਹਨ ਵਾਲੇ ਸਨ ਉਹਨਾਂ ਨੇ ਸਾਡੇ ਵਾਸਤੇ ਪੂਰਨੇ ਪਾਏ ਸਨ ਕਿ ਧਰਮ ਐਡੀ ਕੀਮਤੀ ਸ਼ੈ ਹੈ ਸਿਰ ਜਾਏ ਤਾਂ ਬਿਸ਼ਕ ਜਾਏ ਇੱਕ ਵਾਰੀ ਨਹੀਂ ਸੌ ਵਾਰੀ ਜਾਏ ਅਜਬ ਹਸਤੀ ਤੇ ਨਾਜ਼ਾ ਹੈ ਕਿ ਹਸਤੀ ਮਾਜ ਮਸਤੀ ਹੈ ਨਹੀਂ ਵਾਕਿਫ ਕੇ ਹਸਤੀ ਖੁਦ ਤੇਰੀ ਹਸਤੀ ਤੇ ਹਸਤੀ ਹੈ ਆ ਤੂੰ ਸਿਰਫ ਸਰੀਰ ਨਹੀਂ ਬੰਦਿਆ ਤੂੰ ਇੱਥੋਂ ਹੀ ਭੁੱਲ ਜਾਂਦਾ ਜਿਸ ਵੇਲੇ ਤੂੰ ਆਪ ਨੂੰ ਸਮਝਣਾ ਕਿ ਮੈਂ ਸਰੀਰ ਹਾਂ ਔਰ ਸਰੀਰ ਦੇ ਦੁੱਖਾਂ ਸੁੱਖਾਂ ਵਿੱਚ ਹਰ ਵੇਲੇ ਗਰਕਿਆ ਰਹਿੰਦਾ ਤੂੰ ਸਰੀਰ ਨਹੀਂ ਸਰੀਰ ਤਾਂ ਬਿਨ ਸਜਾਣ ਵਾਲੇ ਹਨ ਮਨ ਤੂੰ ਜੋਤ ਸਰੂਪ ਹੈ
ਆਪਣਾ ਮੂਲ ਪਛਾਣ। ਅਜਬ ਹਸਤੀ ਪੇ ਨਾਜ਼ਾ ਹੈ ਕਿ ਹਸਤੀ ਮਾਜ ਮਸਤੀ ਹੈ, ਨਹੀਂ ਵਾਕਿਫ ਕੇ ਹਸਤੀ ਖੁਦ ਤੇਰੀ ਹਸਤੀ ਪੇ ਹਸਤੀ ਹੈ, ਜਿਨ੍ਹੋਂ ਕੇ ਤਾਜ ਜ਼ਰਰੀ ਤਖਤ ਤਾਊ ਸੀ ਮੁਜੱਸਰ ਥੇ, ਉਨਹੀ ਕੀ ਕਬਰ ਪੇ ਰੌਣਕ ਤੋ ਕਿਆ ਵਹਿਸ਼ਤ ਬਰਸਤੀ ਹੈ। ਇਸ ਵਾਸਤੇ ਦਿਲੋ ਜਾਂ ਵੇਚ ਕਰ ਕੁਛ ਆਖਰਤ ਕਾ ਜਲਦ ਸੌਦਾ ਕਰ, ਯੇ ਜਿਨ ਸੇ ਬੇਬਹਾਗਰ ਯੂੰ ਵੀ ਹਾਥ ਆਏ ਤੋ ਸਸਤੀ ਹੈ। ਯੇ ਧਰਮ ਸਿਰਗਤਿਆਂ ਵੀ ਪ੍ਰਾਪਤ ਹੋਵੇ ਨਸੀਬ ਹੋਵੇ ਤਾਂ ਸਾਜ ਸੰਗਤ ਇਹ ਸੌਦਾ ਸਸਤਾ ਹੈ। ਔਰ ਇਹੀ ਸੌਦਾ ਉਹ ਕਰ ਗਏ, ਔਰ ਅੱਜ ਸਾਡੇ ਵਾਸਤੇ ਆਪਣਾ ਇਹ ਮੁਬਾਰਕ ਦਿਨ ਯਾਦਗਾਰ ਛੋੜ ਗਏ ਕਿ ਰਹਿੰਦੀ ਦੁਨੀਆਂ ਤੱਕ ਇਹ ਦਿਨ ਮਨਾਇਆ ਜਾਏਗਾ, ਔਰ ਧਰਮ ਦੀ ਫਜ਼ੀਲਤ ਲੋਕਾਂ ਨੂੰ ਪਤਾ ਲੱਗੇਗੀ, ਔਰ ਲੋਕੀ ਧਰਮੀ ਬਣਨਗੇ, ਔਰ ਇਹਨਾਂ ਸ਼ਹੀਦਾਂ ਦਾ ਖੂਨ ਡੁੱਲਿਆ ਇਹਨਾਂ ਵਰਗੇ ਕਈ ਹੋਰ ਪੈਦਾ ਕਰੇਗਾ। ਅੱਜ ਗੁਰਪੁਰਬ ਹੈ ਛੋਟੇ ਸਾਹਿਬ ਜਾਂਦਿਆਂ ਦਾ ਸਾਧ ਸੰਗਤ, ਸਿੱਖ ਦਾ ਧਰਮ ਹੈ ਅੰਮ੍ਰਿਤ ਵੇਲੇ ਉੱਠਣਾ, ਸਿੱਖ ਦਾ ਧਰਮ ਹੈ ਨਾਮ ਜਪਣਾ, ਸਿੱਖ ਦਾ ਧਰਮ ਹੈ ਇਸ਼ਨਾਨ ਕਰਨਾ, ਸਿੱਖ ਦਾ ਧਰਮ ਹੈ ਕੀਰਤਨ ਸਤਸੰਗ ਵਿੱਚ ਹਾਜ਼ਰ ਹੋਣਾ। ਔਰ ਜੋ ਕੋਈ ਆਪਣੇ ਤਨ ਸਰੀਰ ਦਾ ਸਰਫਾ ਕਰਕੇ ਇਸ ਆਪਣੇ ਧਰਮ ਨੂੰ ਸਲਾਮਤ ਨਹੀਂ ਰੱਖਦਾ, ਉਸ ਜਿਹੜਾ ਸੰਸਾਰ ਵਿੱਚ ਪਾਪੀ ਕੋਈ। ਅੱਜ ਉਹਨਾਂ ਮਹਾਂਪੁਰਖਾਂ ਦੀ ਯਾਦ ਹੈ ਜਿਹਨੂੰ ਤੁਸੀਂ ਮਨਾ ਰਹੇ ਹੋ, ਉਹ ਰੋਸ਼ਨ ਮਨਾ ਰਹੇ, ਇਹਨਾਂ ਨੇ ਦੇਣਾ ਨਹੀਂ, ਸਦਾ ਅਚਲ ਅਵਨਾਸ਼ੀ ਰਹਿਣਾ। ਔਰ ਦੁਨੀਆਂ ਨੂੰ ਵੇਖ ਵੇਖ ਕੇ ਇਹ ਰੋਸ਼ਨ ਮਨਾ ਰਹੇ, ਦੁਨੀਆਂ ਨੇ ਰਸਤਾ ਪਾਉਣਾ ਹੁਣ।